ਜੋ ਕਰਨ ਕਮਾਈਆਂ ਨੇ ਛਾਲਾ ਜੁਗ ਜੁਗ ਜੀਵਨ ਜੰਮਣ ਵਾਲੀਆਂ ਮਾਈਆਂ ਨੇ ਵਿੱਚ ਪ੍ਰਦੇਸਾਂ ਜੋ ਆਏ ਕਰਨ ਕਮਾਈਆਂ ਨੇ ਛਾਲਾ ਜੁਗ ਜੁਗ ਜੀਵਨ ਜੰਮਣ ਵਾਲੀਆਂ ਮਾਈਆਂ ਨੇ ਅਹੁਦੇ ਸਾਂਭੇ ਵੱਡੇ ਵੱਡੇ ਵਿੱਚ ਪ੍ਰਦੇਸਾਂ ਦੇ ਨਾਲ ਮਿਹਨਤਾਂ ਝੰਡੇ ਗੱਡੇ ਵਿੱਚ ਪ੍ਰਦੇਸਾਂ ਦੇ ਨਾਲ ਮਿਹਨਤਾਂ ਝੰਡੇ ਗੱਡੇ ਵਿੱਚ ਪ੍ਰਦੇਸਾਂ ਦੇ ਜੀ ਹਾਂ ਮਿਹਨਤਾਂ ਦੇ ਨਾਲ ਪ੍ਰਦੇਸਾਂ ਵਿੱਚ ਝੰਡੇ ਗੱਡਣ ਵਾਲੇ ਪੰਜਾਬੀਆਂ ਨੂੰ ਮੈਂ ਹਾਜ਼ਰ ਹਾਂ ਜੀ ਲੈ ਕੇ ਜਗਤਾਰ ਸਿੰਘ ਜੱਗੀ ਅੱਜ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਲਾਈਵ ਸ਼ੋਅ ਚੱਲ ਰਿਹਾ ਤੁਸੀਂ ਬਹੁਤ ਵਧੀਆ ਹੁੰਗਾਰਾ ਦਿੰਦੇ ਹੋ ਤੁਸੀਂ ਬਹੁਤ ਸਾਥ ਦਿੰਦੇ ਹੋ ਪਿਆਰ ਦਿੰਦੇ ਹੋ ਆਸ਼ੀਰਵਾਦ ਦਿੰਦੇ ਹੋ ਤੁਹਾਡੀ ਬਹੁਤ ਮਿਹਰਬਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਵਧੀਆ ਸਾਡੇ ਜਿੰਨੇ ਪ੍ਰੋਗਰਾਮ ਚੱਲਦੇ ਨੇ ਸਾਰਿਆਂ ਨੂੰ ਹੋਰ ਵਧੀਆ ਪੂਰੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਸ ਉਡੀਕ ਕਰੋ 6 ਮਾਰਚ ਦੀ 6 ਮਾਰਚ ਨੂੰ ਤੁਹਾਡੇ ਆਸ਼ੀਰਵਾਦ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਕੈਲੀਫੋਰਨੀਆ ਵਾਲਾ ਸਾਡਾ ਸਟੂਡੀਓ ਜਿਹੜਾ ਉਹ ਬਿਲਕੁਲ ਭੱਜਣ ਲੱਗ ਜਾਏਗਾ ਚੱਲਣ ਲੱਗ ਜਾਏਗਾ ਉਸ ਤੋਂ ਬਾਅਦ ਸਾਡਾ ਸਾਰੀ ਟੀਮ ਦਾ ਧਿਆਨ ਜਿਹੜਾ ਉਹ ਪ੍ਰੋਗਰਾਮਾਂ ਵੱਲ ਹੀ ਹੈ ਕਿਹੜੇ ਪ੍ਰੋਗਰਾਮ ਨੂੰ ਕਿਵੇਂ ਹੋਰ ਬਿਹਤਰ ਬਣਾ ਸਕਦੇ ਹਾਂ ਉਹ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਅਤੇ 6 ਮਾਰਚ ਦੀ ਗੱਲ ਚੱਲੀ ਹੈ ਤਾਂ 6 ਮਾਰਚ ਸ਼ੁੱਕਰਵਾਰ ਪੈਂਦਾ ਫਰਾਈਡੇ ਅਤੇ ਲੈਥਰੋਪ ਦੇ ਵਿੱਚ ਸਾਡਾ ਸਟੂਡੀਓ ਹੈਗਾ ਉਹਦੀ ਗ੍ਰੈਂਡ ਓਪਨਿੰਗ ਹੈ ਨਾਲ ਦੀ ਨਾਲ ਸਾਡੀ ਐਨੀਵਰਸਰੀ ਹੈ 13 ਸਾਲ ਪੂਰੇ ਹੋ ਗਏ ਜਸ ਪੰਜਾਬੀ ਨੂੰ ਇਹ ਸਾਰਾ ਕੁਝ ਕੁੱਲ ਮਿਲਾ ਕੇ ਇੱਥੇ ਜਸ਼ਨ ਜਿਹੜੇ ਕਰਾਂਗੇ ਜੀ ਲੈਥਰੋਪ ਸਟੂਡੀਓ ਦੇ ਸਾਹਮਣੇ ਸੋ ਤੁਸੀਂ ਕੋਈ ਦੋਸਤ ਮਿੱਤਰ ਭੈਣ ਭਰਾ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਆਪਣੀ ਤਾਂ ਜ਼ਰੂਰ ਕਰ ਸਕਦੇ ਹੋ ਜੀ ਮੋਸਟ ਵੈਲਕਮ ਹੈ ਜੀ ਸਭ ਦਾ ਲਓ ਜੀ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਅਗਰ ਆਪਾਂ ਚੱਲੀਏ ਤਾਂ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਤਾਂ ਖੈਰ ਉਹੀ ਹੁੰਦੀਆਂ ਰੋਜ਼ ਉਹੀ ਤੋਂ ਭਾਵ ਆ ਵੀ ਊੜੇ ਆੜੇ ਤਾਂ 35 ਅੱਖਰ ਨੇ ਅਤੇ 35 ਦੇ ਵਿੱਚੋਂ ਹੀ ਆਪਾਂ ਤੁਹਾਡੇ ਨਾਲ ਰੋਜ਼ ਗੱਲਾਂ ਬਾਤਾਂ ਕਰੀਦੀਆਂ ਪਰ ਚੰਗੀ ਗੱਲ ਇਹ ਆ ਵੀ ਇਹਨਾਂ 35 ਅੱਖਰਾਂ ਦੇ ਵਿੱਚੋਂ ਹੀ ਲੱਖਾਂ ਅੱਖਰ ਬਣਾ ਕੇ ਲੱਖਾਂ ਸ਼ਬਦ ਬਣਾ ਕੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਤੁਸੀਂ ਟੈਲੀਫੋਨ 'ਤੇ ਮੇਰੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਦੇ ਹੋ ਕੁੱਲ ਮਿਲਾ ਕੇ ਇਹ 1 ਘੰਟਾ ਬੜਾ ਵਧੀਆ ਹੋਰ ਨਿਬੜਦਾ ਮੇਰੇ ਵਾਸਤੇ ਵੀ ਅਤੇ ਖਾਸ ਤੌਰ 'ਤੇ ਸਾਡੇ ਕੁਛ ਜਿਹੜੇ ਦਰਸ਼ਕ ਨੇ ਜੋ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਵਾਸਤੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਾਂ ਚੱਲਦੇ ਹਾਂ ਜੀ ਮੇਲ ਬਾਕਸ ਜਿਹੜੇ ਸੁਨੇਹੇ ਸੱਜਣਾਂ ਦੇ ਹੁੰਦੇ ਉਹਨਾਂ ਵੱਲ ਚੱਲਦੇ ਹਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਾਂਗੇ ਸੋ ਸੁਨੇਹੇ ਸੱਜਣਾਂ ਦੇ ਵਿੱਚ ਜਿਹੜਾ ਪਹਿਲਾ ਮੈਂ ਤੁਹਾਡਾ ਸੁਨੇਹਾ ਲੈ ਰਿਹਾ ਜੀ ਪਹਿਲੀ ਈਮੇਲ ਲੈ ਰਿਹਾ ਉਹ ਹਰਲੀਨ ਕੌਰ ਰਿਹਾਲ ਅਫਸਪੋਰਟ ਤੋਂ ਹੈ ਇਹ ਵੈਨਕੂਵਰ ਨੇੜੇ ਮੇਰੇ ਖਿਆਲ ਪੈਂਦਾ ਉੱਥੋਂ ਉਹਨਾਂ ਨੇ ਇਹ ਈਮੇਲ ਕੀਤੀ ਹੈ ਇਹ ਕਹਿੰਦੇ ਵੀ ਅੱਜ ਕੱਲ੍ਹ ਦੇਖਿਆ ਵੀ ਹਰ ਚੀਜ਼ ਮੈਸੇਜ ਰਾਹੀਂ ਜਾਂ ਵਟਸਐਪ ਰਾਹੀਂ ਹੀ ਭੇਜ ਦਿੱਤੀ ਜਾਂਦੀ ਹੈ ਵਿਆਹ ਦਾ ਕਾਰਡ ਹੋਵੇ ਚਾਹੇ ਕੋਈ ਡੈਥ ਦੀ ਇਨਫੋਰਮੇਸ਼ਨ ਹੋਵੇ ਚਾਹੇ ਡੈਥ ਦਾ ਕਾਰਡ ਹੋਵੇ ਭੋਗ ਦਾ ਕਾਰਡ ਹੋਵੇ ਸਾਰੇ ਵਟਸਐਪ ਰਾਹੀਂ ਹੀ ਭੇਜੇ ਜਾਂਦੇ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਬੰਦੇ ਵੀ ਵਟਸਐਪ ਰਾਹੀਂ ਸੈਂਡ ਹੋਣ ਲੱਗ ਪਏ ਤਾਂ ਕੀ ਹੋਵੇਗਾ ਪਹਿਲੀ ਗੱਲ ਜਿਹੜੀ ਗੱਲ ਤੁਸੀਂ ਕੀਤੀ ਵਾਕਿਆ ਹੀ ਉਹ ਸੱਚੀ ਗੱਲ ਹੈ ਜੀ ਕਿ ਅੱਜ ਕੱਲ੍ਹ ਸਾਰਾ ਕੁਛ ਵਟਸਐਪ 'ਤੇ ਮੈਸੇਜ ਹੋ ਜਾਂਦਾ ਫਟਾਫਟ ਅਸੀਂ ਵੀ ਜਿਹੜੇ ਸਾਡੇ ਸਟੂਡੀਓ ਦੇ ਇਨਵੀਟੇਸ਼ਨ ਕਾਰਡ ਹੈ ਜਿੱਥੇ ਨਹੀਂ ਪਹੁੰਚ ਸਕਦੇ ਉਹ ਮੇਲ ਕਰਨ ਦੀ ਬਜਾਏ ਮੇਲ ਪਹੁੰਚਦੀ ਕਦੋਂ ਪਹੁੰਚਦੀ ਨਹੀਂ ਪਹੁੰਚਦੀ ਵਟਸਐਪ 'ਤੇ ਕਰਕੇ ਨਾਲ ਦੀ ਨਾਲ ਅਸੀਂ ਫੋਨ ਕਰ ਦਿੰਦੇ ਬੜੀ ਚੰਗੀ ਗੱਲ ਹੈ ਇੱਕ ਵਧੀਆ ਜ਼ਰੀਆ ਹੈਗਾ ਪਰ ਅਗਰ ਅਸੀਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਵਿਆਹ ਦੇ ਕਾਰਡ ਵਟਸਐਪ 'ਤੇ ਆਉਂਦੇ ਆ ਜਾਂ ਕੋਈ ਅਫਸੋਸ ਦਾ ਕੋਈ ਕਾਰਡ ਵਟਸਐਪ 'ਤੇ ਆਉਂਦਾ ਵੀ ਫਲਾਨੇ ਸਾਡੇ ਦਾਦਾ ਜੀ ਗੁਜਰ ਗਏ ਸੀ ਇੰਟਰੀਕ ਨੂੰ ਭੋਗ ਹੈ ਅਤੇ ਉਹਦਾ ਅਫਸੋਸ ਵੀ ਅਤੇ ਜਾਂ ਫਿਰ ਵਿਆਹ ਦਾ ਸ਼ਗਨ ਜਿਹੜਾ ਹੈਗਾ ਵਿਆਹ ਦੀਆਂ ਵਧਾਈਆਂ ਵੀ ਉਹ ਵਟਸਐਪ 'ਤੇ ਹੀ ਆਉਂਦੀਆਂ ਜੀ ਬੰਦੇ ਆਪ ਬਹੁਤ ਘੱਟ ਆਉਂਦੇ ਇਹਦਾ ਨੁਕਸਾਨ ਜਿਹੜਾ ਹੈਗਾ ਪਰ ਅਸੀਂ ਉਮੀਦ ਕਰਦੇ ਹਾਂ ਵੀ ਸਾਡੇ ਜ਼ਰੂਰ ਤੁਸੀਂ ਆਓਗੇ ਅੱਛਾ ਬੰਦੇ ਸੈਂਡ ਹੋਣ ਦੀ ਗੱਲ ਕੀਤੀ ਹੈ ਜੀ ਬੰਦੇ ਸੈਂਡ ਚਲੋ ਵੈਸੇ ਇੱਕ ਗੱਲ ਹੈਗੀ ਸ਼ੁਗਲ ਮੇਲੇ ਦੀ ਇੱਦਾਂ ਕਦੇ ਹੋਇਆ ਨਹੀਂ ਆਉਣ ਵਾਲੇ ਸਮੇਂ 'ਚ ਹੋਰ ਟੈਕਨੋਲੋਜੀ ਤਰੱਕੀ ਕਰ ਜੇ ਤਾਂ ਕੋਈ ਵੱਡੀ ਗੱਲ ਵੀ ਨਹੀਂ ਹੈ ਇਹ ਜਿਵੇਂ ਕਿ ਚਾਈਨਾ ਨੇ ਇੰਨਾ ਕੁਛ ਬਣਾ ਦਿੱਤਾ ਵੀ ਬੰਦਾ ਛੋਟਾ ਜਿਹਾ ਕਰਕੇ 'ਚ ਪਾ ਦਿਆ ਕਰਨਗੇ ਸੋਫਟਵੇਅਰ ਦੇ ਵਟਸਐਪ ਦੇ ਵਿੱਚ ਤਾਂ ਇੱਧਰ ਆ ਕੇ ਜਦੋਂ ਡਾਊਨਲੋਡ ਕਰਿਆ ਕਰਨਗੇ ਤਾਂ ਫਿਰ ਬੰਦਾ ਵੱਡਾ ਜਿੱਡਾ ਹੋ ਉੱਡਾ ਹੋ ਜਾਇਆ ਕਰੂਗਾ ਚੰਗੀ ਗੱਲ ਹੈ ਇਹੋ ਜਿਹਾ ਹੋਣਾ ਸ਼ੁਰੂ ਹੋ ਜਾਏ ਪਰ ਮੇਰਾ ਖਿਆਲ ਇਹੋ ਜਿਹਾ ਨਹੀਂ ਹੁੰਦਾ ਪਰ ਜੇ ਹੋਣ ਵੀ ਲੱਗ ਪਿਆ ਤਾਂ ਮੰਨ ਲਓ ਜਿੰਮੀ ਸਾਹਿਬ ਸਾਡੇ ਵੀ ਕਹਿੰਦੇ ਸੀਗੇ ਵੀ ਇੱਦਾਂ ਜੇ ਯਾਰ ਹੋਣ ਲੱਗ ਜਾਏ ਚੰਗੀ ਗੱਲ ਹੈ ਵੀ ਬੰਦਾ ਛੇਤੀ ਮਿਲਾ ਸਕਦਾ ਫਿਰ ਵੀਜ਼ੇ ਦੀ ਵੀ ਲੋੜ ਨਹੀਂ ਪੈਣੀ ਵਟਸਐਪ 'ਤੇ ਅਪਲੋਡ ਕੀਤਾ ਡਾਊਨਲੋਡ ਕੀਤਾ ਤਾਂ ਗੱਲ ਖਤਮ ਹੈ ਹੁਣ ਜਿਨ੍ਹਾਂ ਦੇ ਇੰਡੀਆ ਦੇ ਵਿੱਚ ਨੇ ਸਪਾਊਸ ਕਹਿ ਲਓ ਜਾਂ ਕਿਸੇ ਦੀ ਪਤਨੀ ਆ ਕਿਸੇ ਦਾ ਪਤੀ ਆ ਵਿਆਹ ਹੋਏ ਨੇ ਅਤੇ ਆਪ ਇੱਧਰ ਬੈਠੇ ਨੇ ਤਾਂ ਫਿਰ ਉਹਨਾਂ ਨੂੰ ਤਾਂ ਬਾਹਲਾ ਸੌਖਾ ਹੋ ਜਾਣਾ ਜਾਂ ਉਹਨਾਂ ਨੇ ਐਂ ਕਰਿਆ ਕਰਨਾ ਵੀ ਰਾਤ ਨੂੰ ਵਟਸਐਪ 'ਤੇ ਬੁਲਾ ਲਿਆ ਤਾਂ ਸਵੇਰੇ ਫਿਰ ਵਾਪਸ ਭੇਜ 'ਤੇ ਪਰ ਇਹਦਾ ਹੁੰਦਾ ਨਹੀਂ ਪਰ ਜੇ ਹੁਣ ਵੀ ਲੱਗ ਪਿਆ ਤਾਂ ਹੋ ਸਕਦਾ
ਇੰਟਰਨੈਟ ਜਿਹੋ ਜਿਹਾ ਇੰਡੀਆ ਦੇ ਵਿੱਚ ਹੈਗਾ, ਚਾਹੇ 4G ਆ ਗਿਆ ਚਾਹੇ 5G ਆ ਗਿਆ, ਉੱਦਾਂ ਜਿਹੜੇ ਘਰ ਦੇ 4G ਆ ਉਹ ਕਦੇ ਇਕੱਠੇ ਨਹੀਂ ਹੁੰਦੇ, ਪਰ ਇੰਟਰਨੈਟ ਜਿਹੜਾ 4G ਆ ਉਹ ਸਾਰਿਆਂ ਨੂੰ ਇਕੱਠੇ ਕਰ ਦਿੰਦਾ, 5G ਸਭ ਨੂੰ ਇਕੱਠੇ ਕਰ ਦਿੰਦਾ। ਅਤੇ ਫਿਰ ਇਹ ਹੋਣਾ ਵੀ ਉਹਨਾਂ ਨੇ ਕਹਿਣਾ ਵੀ ਚੱਲ 4 ਦਿਨ ਬੇਬੇ ਲਾਇਆ, ਤੂੰ ਅਮਰੀਕਾ ਲਾਇਆ, ਕਨੇਡਾ ਲਾਇਆ, ਐਂ ਕਰਕੇ ਜਿਹੜਾ ਟਿਕਟ ਲੱਗਣੀ ਹੈ ਵਟਸਐਪ 'ਤੇ ਭੇਜ ਦਿੰਦੇ ਹਾਂ। ਉਹ ਪਤਾ ਲੱਗਣਾ ਵੀ ਉੱਧਰੋਂ ਜਿਹੜਾ ਨੈੱਟ ਪੈਕ ਪਵਾਇਆ ਹੋਇਆ ਇੰਡੀਆ ਦੇ ਵਿੱਚ ਉਹ ਮੁੱਕ ਗਿਆ ਅਤੇ ਬੇਬੇ ਰਾਹ 'ਚ ਹੀ ਰਹਿ ਗਈ, ਕਿਤੇ ਅੱਧ 'ਚ ਪਹੁੰਚੀ ਸੀ ਵਟਸਐਪ 'ਤੇ ਤਾਂ ਉੱਥੇ ਹੀ ਕਿਤੇ ਅਟਕੀ ਰਹਿ ਗਈ, ਫਿਰ ਦੁਬਾਰਾ ਨੈੱਟ ਪੈਕ ਪਵਾ ਕੇ ਫੇਰ ਪਹੁੰਚੀ। ਖੈਰ ਸ਼ੁਗਰ ਮਿਲੇ ਦੀਆਂ ਗੱਲਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਜ ਕੱਲ੍ਹ ਤਕਰੀਬਨ ਜ਼ਿਆਦਾਤਰ ਸੁੱਖ ਸੁਨੇਹੇ ਪਿਆਰ ਮੁਹੱਬਤ ਹੀ ਵੀ ਵੈਸੇ ਕਹਿ ਸਕਦੇ ਹਾਂ ਵਟਸਐਪ 'ਤੇ ਹੁੰਦਾ ਅਤੇ ਵਟਸਐਪ 'ਤੇ ਖਤਮ ਹੋ ਜਾਂਦਾ। ਸੋ ਇੱਕ ਜਿੱਥੇ ਚੰਗੀ ਗੱਲ ਹੈ ਉੱਥੇ ਬਹੁਤ ਸਾਰੇ ਨੁਕਸਾਨ ਵੀ ਇਹਦੇ ਹੋ ਸਕਦੇ ਆ। ਅਗਲਾ ਜਿਹੜਾ ਸਵਾਲ ਪੁੱਛਿਆ ਸੀਗਾ ਜੀ, ਉਹ ਰਸੀਦ ਮਸੀਹ ਇੰਡੀਆਨਾ ਤੋਂ ਉਹਨਾਂ ਨੇ ਪੁੱਛਿਆ ਸੀਗਾ। ਉਹਨਾਂ ਨੇ ਇਹਨਾਂ ਨੇ ਸਵਾਲ ਨਹੀਂ ਪੁੱਛਿਆ, ਇਹਨਾਂ ਨੇ ਤਾਂ ਆਪਣੀ ਜਿਹੜੀ ਮੁਸੀਬਤ ਆ ਉਹ ਦੱਸੀ ਹੈ। ਇਹਨਾਂ ਨੇ ਕਿਹਾ ਜੀ, ਮੇਰੀ ਉਮਰ 45 ਸਾਲ ਹੈ ਕਿ ਮੇਰਾ ਵਿਆਹ ਨਹੀਂ ਹੁੰਦਾ, ਮੈਂ ਕੀ ਕਰਾਂ? ਮੈਂ ਇਹਦੇ 'ਚ ਕੀ ਕਰ ਸਕਦਾ ਜੀ? ਵਿਆਹ ਤੁਸੀਂ ਕਰਾਉਣਾ, ਤੁਸੀਂ ਵਿਆਹ ਕਰਾਓ, ਕੋਸ਼ਿਸ਼ ਕਰੋ। ਵੈਸੇ ਤੁਹਾਡੇ ਵਰਗੇ ਜਿਹੜੇ ਬੰਦੇ ਹੁੰਦੇ ਆ ਪਹਿਲਾਂ ਘਰ ਦੇ ਜ਼ੋਰ ਲਾਈ ਜਾਂਦੇ ਰਹਿੰਦੇ, ਵਿਆਹ ਕਰਾ ਲਾ, ਉਦੋਂ ਕਰਾਉਂਦੇ ਨਹੀਂ ਹੈਗੇ, ਨਹੀਂ ਹਜੇ ਮੇਰੀ ਉਮਰ ਨਹੀਂ, ਮੈਂ ਹਜੇ ਸੈੱਟ ਨਹੀਂ ਹੋਇਆ। ਤਾਂ ਮੁੜ ਕੇ ਜਦੋਂ ਫਿਰ ਕੰਮ ਲੰਘ ਜਾਂਦਾ, ਜਦੋਂ ਛੜੇ ਦੀ ਕੈਟਾਗਰੀ 'ਚ ਆ ਜਾਂਦੇ ਆ, ਤਾਂ ਉਦੋਂ ਬਾਅਦ ਕਹਿੰਦੇ ਵੀ ਸਾਡਾ ਤੁਸੀਂ ਕਹਿੰਦੇ ਵਿਆਹ ਨਹੀਂ ਹੁੰਦਾ, ਹੁਣ ਹੋਰ 4-5 ਸਾਲ 10 ਸਾਲ ਠਹਿਰ ਜੋ, ਵਿਆਹ ਦੀ ਲੋੜ ਹੀ ਨਹੀਂ ਪੈਣੀ। ਹੁਣ ਵਿਆਹ ਦੇ ਵਿੱਚੋਂ ਜਿਹੜਾ ਜਿਸ ਉਮਰ ਦੇ ਵਿੱਚ ਜਾਨੂ ਨਿਕਲਦਾ ਹੁੰਦਾ, ਜਾਨੂ ਲਵ ਜੂ ਕੀ ਹੁੰਦੇ, ਹੋਰ ਕਈ ਕੁਝ ਹਨੀ ਛਨੀ ਨਿਕਲਦਾ ਹੁੰਦਾ, ਉਹ ਤਾਂ ਹੁਣ ਹੋਰ 2-4 ਸਾਲ ਤੱਕ ਨਿਕਲੋ ਹਟ ਜਾਣਾ, ਦੰਦ ਨਿਕਲ ਜਾਣੇ ਆ, ਲਵ ਜੂ ਹਨੀ ਛਨੀ ਨਿਕਲਣੋਂ ਹਟ ਜਾਣਾ, ਦੰਦ ਤੁਹਾਡੇ ਨਿਕਲ ਜਾਣੇ, ਤਾਂ ਫਿਰ ਤਾਂ ਜਾਨੂ ਵੀ ਔਖਾ ਜਿਹਾ ਹੀ ਨਿਕਲਣਾ ਹੈ ਇਹੋ ਜਿਹੀ ਉਮਰ 'ਚ। ਪੰਜਾਬ 'ਚ ਤਾਂ ਅੱਜ ਕੱਲ੍ਹ ਉਹ ਵੀ ਹੈ ਨਹੀਂ, ਨਹੀਂ ਤਾਂ ਪਹਿਲਾਂ ਤੰਦੂਰ ਵਾਲੀਆਂ ਮਾਈਆਂ ਹੁੰਦੀਆਂ ਸੀਗੀਆਂ, ਅਤੇ ਬੰਦਾ ਹੋਰ ਤਾਂ ਕੋਈ ਉਹਨੂੰ ਨਹੀਂ ਬੁਲਾਉਂਦਾ ਸੀ ਇਹੋ ਜਿਹੇ ਪਿਛੜੇ ਬੰਦੇ ਨੂੰ, ਤਾਂ ਉਹ ਫਿਰ ਮਾਈਆਂ ਕੋਲ ਜਾ ਕੇ ਆਪਦਾ ਗੁੱਬਗਲਾੜ ਜਿਹੜਾ ਉਹ ਕੱਢਦੇ ਸੀਗੇ। ਚਲੋ ਖੈਰ, ਜੇ ਤੁਸੀਂ ਅਮਰੀਕਾ 'ਚੋਂ ਤੁਸੀਂ ਇੰਡੀਆਨਾ ਤੋਂ ਕੀਤਾ ਸੀਗਾ, ਇਹਦਾ ਮਤਲਬ ਇਹ ਅਮਰੀਕਾ ਵਾਲਿਆਂ ਨੂੰ ਵਿਆਹ ਦੀ ਕੋਈ ਪ੍ਰੋਬਲਮ ਨਹੀਂ, ਚਾਹੇ 70 ਸਾਲ ਦਾ ਹੋ ਜਾਵੇ ਬੰਦਾ, ਚਾਹੇ 80 ਸਾਲ ਦਾ ਹੋਵੇ, 90 ਸਾਲ ਦਾ ਹੋਵੇ, ਪਾਸਪੋਰਟ ਅਮਰੀਕਾ ਦਾ ਚਾਹੀਦਾ, ਇੰਡੀਆ ਜਾਓ, ਭਾਵੇਂ 22-22 ਸਾਲ ਦੀਆਂ 4 ਕੁੜੀਆਂ ਦਾ ਵਿਆਹ ਕਰ ਲਓ। ਇੰਨਾ ਲੋਕ ਤਤਪਰ ਨੇ ਬਾਹਰਲੇ ਮੁਲਕਾਂ ਦੇ ਵਿੱਚ ਆਉਣ ਵਾਸਤੇ, ਬਾਹਰਲੇ ਮੁਲਕਾਂ 'ਚ ਆਉਣ ਵਾਸਤੇ ਕੁਛ ਵੀ ਕਰਨ ਨੂੰ ਤਿਆਰ ਨੇ। ਹੁਣ ਮੈਨੂੰ ਲੱਗਦਾ ਕਿਤੇ ਥੋੜ੍ਹਾ ਜਿਹਾ ਰੁਝਾਨ ਘਟਿਆ, ਪਰ ਨਹੀਂ, ਅਜੇ ਵੀ ਪੂਰਾ ਬਾਹਰਲੇ ਮੁਲਕਾਂ ਦੇ ਵਿੱਚ ਆਉਣ ਦਾ ਰੁਝਾਨ ਜਿਹੜਾ ਲੋਕਾਂ ਦੇ ਵਿੱਚ ਓਨਾ ਹੀ ਹੈਗਾ। ਬੇਸ਼ੱਕ ਪੰਜਾਬ ਦੇ ਵਿੱਚ ਵੀ ਕੀ ਕਰਨ, ਉੱਥੇ ਬੇਸ਼ੱਕ ਤਾਂ ਹੁਣ ਕਹਿ ਹੀ ਨਹੀਂ ਸਕਦੇ, ਕੋਈ ਸ਼ੱਕ ਹੀ ਸ਼ੱਕ ਹੈ, ਉੱਥੇ ਤਾਂ ਕੋਈ ਸਿਸਟਮ ਨਹੀਂ, ਕੋਈ ਕੁਛ ਨਹੀਂ ਹੈਗਾ। ਚਲੋ ਅਗਲਾ ਸਵਾਲ ਜਿਹੜਾ ਆਪਾਂ ਪੜ੍ਹਦੇ, ਗੁਰਬਖਸ਼ ਕੌਰ ਜੀ ਯੂਬਾ ਸਿਟੀ ਤੋਂ, ਇਹਨਾਂ ਨੇ ਕਿਹਾ ਜੀ ਕਿ ਪੰਜਾਬ ਵਿੱਚ ਜਗ੍ਹਾ ਜਗ੍ਹਾ ਸੇਲ ਲੱਗੀ ਹੁੰਦੀ ਹੈ, ਸੇਲ ਕਦੀ ਪੰਜਾਬ 'ਚ ਨਹੀਂ ਲੱਗੀ ਹੁੰਦੀ ਜੀ, ਸਾਰੇ ਲੱਗੀ ਹੁੰਦੀ ਹੈ, ਇੱਕ ਨਾਲ ਇੱਕ ਫਰੀ, ਇੱਕ ਲਓ ਦੂਜਾ ਅੱਧੇ ਮੁੱਲ 'ਤੇ, ਇਹ ਤਾਂ ਆਮ ਜੀ ਗੱਲ ਆ ਬਾਹਰਲੇ ਮੁਲਕਾਂ ਦੀ ਵੀ, ਅਤੇ ਸੇਲ ਲੱਗੀ ਹੁੰਦੀ ਹੈ। ਜੇ ਤੁਸੀਂ ਪੰਜਾਬ ਸਰਕਾਰ ਨੂੰ ਕਹਿ ਕੇ ਸਾਲ ਦੇ ਵਿੱਚ 1-2 ਵਾਰੀ ਬਿਜਲੀ ਦੀ, ਗੈਸ ਦੀ, ਪਾਣੀ ਦੀ, ਬਜਰੀ ਦੀ ਅਤੇ ਰੇਤਾ ਦੀ ਸੇਲ ਲਗਵਾ ਦਿਓ ਤਾਂ ਕਿੰਨਾ ਵਧੀਆ ਹੋਊਗਾ। ਦੇਖੋ ਜੀ, ਪੰਜਾਬ ਸਰਕਾਰ ਜੇ ਐਂ ਸੇਲਾਂ ਲਾਉਣ ਲੱਗ ਗਈ ਨਾ, ਪੰਜਾਬ ਸਰਕਾਰ ਤਾਂ ਸੇਲ ਨਹੀਂ ਲਾਉਂਦੀ, ਬਲੈਕ ਕਰਦੀ ਹੈ। ਜਿਵੇਂ ਪਹਿਲਾਂ ਟਿਕਟਾਂ ਹੁੰਦੀਆਂ ਸੀ ਬਲੈਕ ਸਿਨੇਮਿਆਂ ਦੀਆਂ, ਪੰਜਾਬ ਸਰਕਾਰ ਤਾਂ ਹਰ ਚੀਜ਼ ਬਲੈਕ ਕਰਦੀ। ਕੋਈ ਵੀ ਪੰਜਾਬ ਦੀ ਸਰਕਾਰ ਹੋਵੇ, ਸਭ ਤੋਂ ਪਹਿਲਾਂ ਤਾਂ ਉਹ ਪਹਿਲਾਂ ਸਿਨੇਮੇ ਦੀਆਂ ਟਿਕਟਾਂ ਬਲੈਕ ਹੁੰਦੀਆਂ ਸੀਗੀਆਂ, ਜਿਹੜੀ 10-10 ਰੁਪਏ ਦੀ ਹੁੰਦੀ ਸੀ, 100-100 ਰੁਪਏ ਦੀ ਲੈਂਦੇ ਸੀਗੇ ਲੋਕ, ਲਾਈਨ 'ਚ ਲੱਗਣ ਦੇ ਮਾਰੇ ਬਲੈਕ 'ਤੇ ਵੀ ਟਿਕਟਾਂ ਲੈਂਦੇ ਸੀਗੇ। ਅਤੇ ਪਰ ਇਹ ਜਿਹੜੀਆਂ ਟਿਕਟਾਂ ਬਲੈਕ ਕਰਦੇ ਨੇ ਜਿਹੜੇ ਲੀਡਰ ਨੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ, ਸਰਕਾਰਾਂ ਨੇ, ਉਹ ਫਿਰ ਜਿਹੜੀਆਂ MLA ਦੀਆਂ ਟਿਕਟਾਂ ਹੁੰਦੀਆਂ ਉਹਨਾਂ ਨੂੰ ਬਲੈਕ ਕਰਦੇ ਨੇ ਕਈ ਸੁਣਿਆ। ਬਾਕੀ ਬੜਾ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਐਵੇਂ ਪੰਗਾ ਲੈ ਲਵਾਂ, ਉਹ ਕਹਿੰਦੇ ਜੀ ਅਸੀਂ ਤੂੰ ਕਦੋਂ ਦੇਖਿਆ ਸਾਨੂੰ ਬਲੈਕ ਕਰਦੇ ਨੂੰ ਟਿਕਟਾਂ। ਹਾਂਜੀ, ਸੋ ਇਹ ਜਿਹੜੇ ਹੈਗੇ ਜੀ, ਬਿਜਲੀ ਪਾਣੀ ਦੀ ਸੇਲ ਜਿਹੜੀ ਲੱਗਣੀ ਸ਼ੁਰੂ ਹੋ ਗਈ, ਤਾਂ ਲੋਕਾਂ ਨੇ 6-6 ਮਹੀਨੇ ਦਾ ਕੰਮ ਤਾਂ 1 ਦਿਨ 'ਚ ਹੀ ਮੁਕਾ ਲਿਆ ਕਰਨਾ। ਜੇ ਤਾਂ ਹੋ ਸਕਦਾ ਵੀ ਬਿਜਲੀ ਜਿੱਦਣ ਉੱਦਣ ਬਿਜਲੀ ਵਾਲੇ ਦਿਨ ਉਹਨਾਂ ਸਕੂਟਰ ਸਕਾਟਰ ਸਾਰੇ ਬਿਜਲੀ ਦੇ ਕਰਾਉਣੇ, ਜੇ ਗੈਸ ਦੀ ਸੇਲ ਲੱਗਣ ਲੱਗ ਪਈ, ਫਿਰ ਜਿਹੜੇ ਪੱਖੇ ਘਰਾਂ 'ਚ ਬਿਜਲੀ ਦੇ ਚੱਲਦੇ ਉਹ ਵੀ ਗੈਸ 'ਤੇ ਲੋਕਾਂ ਨੇ ਕਰਾਉਣੇ, ਬਜਰੀ ਰੇਤਾ ਦੀ ਜੇ ਸੇਲ ਲੱਗਣ ਲੱਗ ਗਈ ਤਾਂ ਫਿਰ ਬਜਰੀ ਰੇਤਾ ਜਿਹੜੀ ਆ ਉਹ ਥੋੜ੍ਹੀ ਜਿਹੀ ਸੌਖੀ ਹੋ ਜੂਗੀ, ਪੰਜਾਬ ਦੇ ਵਿੱਚ ਲੋਕ ਘਰ ਘੁਰ ਪਾ ਲੈਣਗੇ। ਇਹ ਚੰਗੀ ਗੱਲ ਆ, ਬਿਜਲੀ ਪਾਣੀ ਦੀ ਸੇਲ ਜਿਹੜੀ ਆ ਉਹਦਾ ਕੋਈ ਬੜਾ ਫਾਇਦਾ ਮੈਨੂੰ ਨਹੀਂ ਲੱਗਦਾ। ਅੱਗੇ ਹੈ ਜੀ ਜੈਸਮੀਨ ਕੌਰ ਐਡਮਿੰਟਨ ਤੋਂ, ਇਹ ਕਹਿੰਦੇ ਜੀ ਵੀ ਬੱਚੇ ਨੇ ਸਵਾਲ ਪੁੱਛਿਆ, ਕਿੰਨਾ ਖਤਰਨਾਕ ਸਵਾਲ ਪੁੱਛਿਆ, ਹੁਣ ਮੈਂ ਤਾਂ ਕੀ ਜਵਾਬ ਦੇਵਾਂ। ਇਹ ਕਹਿੰਦੇ ਨੇ ਵੀ ਜੱਗੀ ਅੰਕਲ, ਮੈਂ ਸੁਣਿਆ ਹੈ ਕਿ ਬੰਦਾ ਬਾਂਦਰ ਤੋਂ ਬਣਿਆ ਹੈ, ਕੀ ਤੁਸੀਂ ਵੀ ਬਾਂਦਰ ਤੋਂ ਬੰਦੇ ਬਣੇ ਹੋ? ਦੇਖੋ ਜੀ, ਬਾਕੀ ਗੱਲ ਇਹ ਹੈ ਵੀ ਮੈਂ ਤਾਂ ਜਦੋਂ ਇੱਦਾਂ ਦਾ ਸੀ, ਮੈਨੂੰ ਨਹੀਂ ਪਤਾ, ਮੈਂ ਵੀ ਨਿੱਕਾ ਹੁੰਦੇ ਨੇ ਆਪਣੇ ਆਪ ਨੂੰ ਬਾਂਦਰ ਦੇਖਿਆ ਹੋਵੇ, ਜਾਂ ਮੈਂ ਲੌਂਦਰਾ ਮਾਰਦਾ ਹੋਵਾਂ ਕਿਸੇ ਦੇ, ਜਾਂ ਕਿਤਾਬਾਂ ਪੜ੍ਹਦਾ ਹੋਣ ਇਹਨਾਂ ਦੀ, ਮੈਂ ਤਾਂ ਇੱਦਾਂ ਦਾ ਹੀ ਸੀਗਾ। ਇਹ ਬੇਟਾ, ਇਹ ਜਿਹੜੇ ਬੰਦੇ ਤੋਂ ਬੰਦਰ, ਇਹ ਪੁਰਾਣਾ ਤੋਂ ਸਦੀਆਂ ਪੁਰਾਣੇ, ਕਈ 100 ਸਾਲ ਪਹਿਲਾਂ, 1000 ਸਾਲ ਪਹਿਲਾਂ ਇਹ ਕਿਹਾ ਜਾਂਦਾ ਸੀ ਵੀ ਬੰਦਾ
ਵੀ ਬਾਂਦਰ ਪਹਿਲਾਂ ਹੁੰਦਾ ਸੀਗਾ, ਪਹਿਲਾਂ ਬੰਦਾ ਇੱਦਾਂ ਇੱਦਾਂ ਤੁਰਦਾ ਸੀ, ਹੌਲੀ 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 ਸਮੇਂ ਦੇ ਨਾਲ ਨਾਲ ਸਾਰਾ ਕੁਝ ਚੇਂਜ ਹੋਇਆ ਅਤੇ ਫਿਰ ਬੰਦਾ ਸਿੱਧਾ ਬੰਦਾ ਬਣਿਆ, ਫਿਰ ਉਦੋਂ ਬਾਅਦ ਤਰੱਕੀ ਕਰਕੇ ਦਿਮਾਗ ਵਰਤ ਕੇ ਕਿੰਨਾ ਕੁਛ ਕਰਕੇ ਤਾਂ ਅੱਜ ਇੱਥੇ ਖੜੇ ਹਾਂ। ਇਹਦਾ ਮਤਲਬ ਇਹ ਨਹੀਂ ਵੀ ਆਪਾਂ ਹੁਣ ਜਦੋਂ ਨਿੱਕਾ ਜਵਾਕ ਜੰਮਦਾ ਤਾਂ ਬਾਂਦਰ ਜੰਮਦਾ, ਉਹ ਪਹਿਲਾਂ ਕਹਿਣ ਤੋਂ ਭਾਵ ਆ ਵੀ ਪਹਿਲੇ ਸਮੇਂ ਦੀ ਗੱਲ ਕਰਦੇ ਨੇ ਬਜ਼ੁਰਗ। ਵੈਸੇ ਇੱਦਾਂ ਹੀ ਆ ਸਵਾਲ ਕਿਸੇ ਬੱਚੇ ਨੇ ਪੁੱਛਿਆ ਸੀਗਾ, ਆਪਣੇ ਡੈਡੀ ਕੋਲ ਪਹਿਲਾਂ ਪੁੱਛਿਆ ਵੀ ਡੈਡੀ ਜੀ ਮੈਂ ਸੁਣਿਆ ਵੀ ਆਪਾਂ ਲੋਕ ਸਾਰੇ ਕਿੱਥੋਂ ਬੰਦੇ, ਆਪਾਂ ਕਿੱਥੋਂ ਆਏ ਹਾਂ। ਪਹਿਲਾਂ ਬੱਚੇ ਨੇ ਆਪਣੇ ਡੈਡੀ ਨੂੰ ਸਵਾਲ ਪੁੱਛਿਆ ਵੀ ਆਪਾਂ ਕਿੱਥੋਂ ਆਏ ਹਾਂ ਸਾਰੇ। ਡੈਡੀ ਕਹਿੰਦਾ ਪੁੱਤ ਪਹਿਲਾਂ ਆਪਾਂ ਬਾਂਦਰ ਹੁੰਦੇ ਸੀ, ਬਹੁਤ ਸਦੀਆਂ ਪਹਿਲਾਂ ਪੂਰਵਜੇ ਜਿਹੜੇ ਹੁੰਦੇ ਸੀ ਉਹ ਬਾਂਦਰਾਂ ਤੋਂ ਫਿਰ ਹੌਲੀ ਹੌਲੀ ਬੰਦੇ ਬਣੇ ਆ। ਕਹਿੰਦੇ ਚੰਗਾ ਠੀਕ ਹੈ ਜੀ। ਉਹੀ ਸਵਾਲ ਕਿਤੇ 4 ਕੁ ਦਿਨਾਂ ਬਾਅਦ ਆਪਦੀ ਮਾਂ ਨੂੰ ਪੁੱਛ ਲਿਆ, ਮੰਮੀ ਨੂੰ ਪੁੱਛ ਲਿਆ, ਮੰਮੀ ਮੰਮੀ ਆਪਾਂ ਕਿੱਦਾਂ ਆਏ, ਦੁਨੀਆਂ 'ਤੇ ਕਿਵੇਂ ਆਏ ਹਾਂ। ਉਹ ਕਹਿੰਦੀ ਵੀ ਪੁੱਤ ਪਹਿਲਾਂ ਨਾ ਪਰੀਆਂ ਆਉਣੀਆਂ, ਪਰੀਆਂ ਆਈਆਂ ਸੀ, ਪਰੀਆਂ ਬਹੁਤ ਸੋਹਣੀਆਂ ਸੋਹਣੀਆਂ ਧਰਤੀ 'ਤੇ ਆਈਆਂ ਅਤੇ ਪਰੀਆਂ ਤੋਂ ਬਾਅਦ ਫਿਰ ਆਪਾਂ ਬੰਦੇ ਬਣੇ, ਇਨਸਾਨ ਬਣੇ, ਕੋਈ ਮੇਲ ਕੋਈ ਫੀਮੇਲ ਬਣਿਆ। ਤਾਂ ਜਵਾਕ ਕਹਿੰਦਾ ਅੱਛਾ ਮੈਂ ਡੈਡੀ ਨੂੰ ਪੁੱਛਿਆ ਜੀ। ਡੈਡੀ ਕਹਿੰਦਾ ਵੀ ਆਪਾਂ ਬੰਦੇ ਜਿਹੜੇ ਉਹ ਬਾਂਦਰ ਤੋਂ ਬਣੇ ਹਾਂ। ਕਹਿੰਦੀ ਪੁੱਤ ਉਹ ਵੀ ਆਪਣੀ ਜਗ੍ਹਾ ਸਹੀ ਆ, ਉਹ ਆਪਣੇ ਖਾਨਦਾਨ ਦੀ ਗੱਲ ਕਰਦੇ, ਮੈਂ ਆਪਣੇ ਖਾਨਦਾਨ ਦੀ ਗੱਲ ਕਰਦੀ ਹਾਂ। ਅਤੇ ਆਹ ਗੱਲ ਜਦੋਂ ਨਿਆਣੇ ਨੇ ਸੁਣੀ ਹੋਊਗੀ ਤਾਂ ਉਦੋਂ ਬਾਅਦ ਪੰਗੇ ਹੀ ਪੈਣੇ ਆ। ਚਲੋ ਸਵਾਲ 2-3 ਹੋਰ ਸੀਗੇ, 2 ਹੋਰ ਸੀਗੇ, ਪਰ ਮੈਂ ਉਹਨਾਂ ਦੇ ਹੁਣ ਜਿਹੜੇ ਆ ਉਹ ਜਵਾਬ ਨਹੀਂ ਦੇ ਹੁਣ ਇਸ ਟਾਈਮ, ਜਿਹੜਾ ਕਾਫੀ ਹੋ ਗਿਆ ਕਿ ਜੇ ਘੜੀ ਮੇਰੇ ਮੂਹਰੇ ਹੈ ਨਹੀਂ ਗੀ, ਮੈਂ ਫੋਨ ਤੋਂ ਦੇਖ ਕੇ ਟਾਈਮ ਜਿਹੜਾ ਉਹ ਕਰ ਰਿਹਾ ਹੈਗਾ, ਟਾਈਮ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਨਿਆਣ ਸਾਹਿਬ ਨਾਲ ਗੱਲਬਾਤ ਕਰਨ ਦੀ। ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾਂ ਸਰਦਾਰ ਅਰਜਨ ਸਿੰਘ ਅੰਜਾਨ ਸਾਹਿਬ ਦੇ ਨਾਲ, ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਕਰਾਂਗੇ। ਸੋ ਤੁਹਾਡੀਆਂ ਬਲੈਸਿੰਗਸ ਦੀ ਜ਼ਰੂਰਤ ਹੈ, ਜਿਵੇਂ ਮੈਂ ਪਹਿਲੇ ਸੈਗਮੈਂਟ ਵਿੱਚ ਵੀ ਅਨਾਊਂਸ ਕੀਤਾ ਸੀਗਾ, ਸਟੂਡੀਓ ਸਾਡਾ ਕੈਲੀਫੋਰਨੀਆ ਦੇ ਵਿੱਚ ਬੜੇ ਲੰਬੇ ਅਰਸੇ ਦੀ ਉਡੀਕ ਤੋਂ ਬਾਅਦ ਬਣ ਗਿਆ, ਅਤੇ ਤੁਹਾਡੀਆਂ ਬਲੈਸਿੰਗ, ਤੁਹਾਡੀਆਂ ਸ਼ੁਭਕਾਮਨਾਵਾਂ ਦੀ ਸਾਨੂੰ ਜ਼ਰੂਰਤ ਹੈ, ਔਰ ਤੁਹਾਡੀਆਂ ਆਸ਼ੀਰਵਾਦ ਹੋਏਗਾ ਅਤੇ ਸ਼ੁਭਕਾਮਨਾਵਾਂ ਹੋਣਗੀਆਂ ਅਤੇ ਪਰਮਾਤਮਾ ਦੀ ਕਿਰਪਾ ਜਿਹੜੀ ਆ ਆਟੋਮੈਟਿਕ ਹੋ ਜਾਏਗੀ। ਸਰਦਾਰ ਅਰਜਨ ਸਿੰਘ ਅੰਜਾਨ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਉਹਨਾਂ ਦੇ ਵਿਚਾਰ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੈਰੀ ਪਿੰਨਾ ਜੀ ਅੰਜਾਨ ਸਾਹਿਬ। ਧੰਨਵਾਦ ਜੀ। ਹਾਂਜੀ ਪਰਮ ਪਿਆਰੇ ਵੀਰੋ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਜੀ। ਇਹ ਅੱਜ ਧਰਤੀ ਵਿਆਕਲ ਹੋਈ ਦੀ ਪੁਕਾਰ ਧਰਤੀ ਮਾਤਾ ਦੀ ਆ, ਉਹਦੇ ਥਾਂ ਇਹ ਤੀਕ ਥਾਂ ਚੱਲੀ। ਅੱਛਾ ਜੀ, ਠੀਕ ਹੈ ਜੀ। ਕੋਈ ਸਮਾਂ ਇੱਦਾਂ ਦਾ ਆਇਆ ਵੀ ਧਰਤੀ ਕਹਿੰਦੀ ਵੀ ਮੈਂ 4 ਸਵੇਰੇ ਹਿੱਲ ਗਈ, ਉਹਨੇ ਫਰਿਆਦ ਭਗਵਾਨ ਕੋ ਏਦਾਂ ਕੀਤੀ, ਕੱਲ ਮਲ ਮੈਂ ਕੱਲ ਕਾਲਾ ਇਹ ਅਹੰਕਾਰ ਬਿਨੇ ਸੁਣ ਲਈਏ ਜੀ। ਸ਼ਬਦ ਆ ਕੱਲ ਮਲ ਮੈਂ ਕੱਲ ਕਾਲਾ ਇਹ ਅਹੰਕਾਰ ਬਿਨੇ ਸੁਣ ਲਈਏ ਜੀ ਜੀ। ਇਹ ਅਹੰਕਾਰ ਦਰਬਾਰ ਸਾਹਿਬ ਚ ਇੱਕ ਨਾਲ ਲੱਗਦਾ, ਇੱਥੇ ਇੱਕ ਨੀ ਲਾ ਸਿੱਧਾ ਭਗਵਾਨ ਨੂੰ ਇਹ ਅਹੰਕਾਰ ਬਿਨੇ ਸੁਣ ਲਿਜੇ। ਠੀਕ ਹੈ ਜੀ। ਉਹ ਕਹਿੰਦਾ ਵੀ ਇਹਨਾਂ ਕਹਿੰਦੇ ਇੱਥੇ ਤੇ ਅੱਤ ਚੁੱਕੀ ਹੋਈ ਹੈ, ਸਭ ਕੋਈ ਕਾਲਾ ਮਾਲਾ ਕੋਈ ਬੰਦਾ ਨਹੀਂ, ਤੇ ਮੈਂ ਤਾਂ ਹੁਣ ਨਿਗਰਦੀ ਜਾ ਰਹੀ ਹਾਂ, ਮੇਰੇ ਮੇਰਾ ਕੋਈ ਬਚਾ ਨਹੀਂ ਕੋਈ ਜੀ ਜੀ। ਭਗਵਾਨ ਕਹਿੰਦਾ ਮੈਂ ਬੜੇ ਭਗਵਾਨ ਤੇਰੇ ਕੋਲ ਭੇਜੇ ਆ, ਤੂੰ ਫੇਰ ਘਬਰਾਈ ਫਿਰਦੀ ਜੀ। ਉਹ ਕਹਿੰਦੇ ਭਗਵਾਨ ਜਿਹੜਾ ਮੈਂ ਪੈਗਾਮ ਦੇ ਦੇ ਕੇ ਭੇਜਦਾ ਰਿਹਾ ਅਨੇਕਾਂ ਅਵਤਾਰਾਂ ਦੇ ਰੂਪ ਚ, ਤੇ ਤੂੰ ਕਾਹਤੋਂ ਘਬਰ ਗਈ ਜੀ। ਧਰਤੀ ਮਾਤਾ ਕਹਿੰਦੀ ਉਹ ਤੇਰਾ ਕੋਈ ਇੱਥੇ ਨਹੀਂ ਜਾਣਦਾ ਤੇ ਮੇਰਾ ਬਚਾ ਕੋਈ ਨਹੀਂ ਕਰਦਾ, ਮੈਂ ਤੇ ਹੁਣ ਬਿਲਕੁਲ ਡੋਲੀ ਹੋਈ ਤੇ ਨਿਕਲਦੇ ਖੜੀ ਆ ਜੀ। ਫੇਰ ਭਗਵਾਨ ਕਹਿੰਦਾ ਵੀ ਫੇਰ ਮੈਂ ਹੁਣ ਆਪ ਹੀ ਆਊਂਗਾ ਜੀ, ਤੇ
ਫਿਰ ਜਦੋਂ ਆਪ ਆਉਣ ਦਾ ਭਰੋਸਾ ਦਿੱਤਾ ਤੇ ਉਹ ਫਿਰ ਕਹਿੰਦੇ ਵੀ ਆਪ ਤੁਸੀਂ ਕਦੋਂ ਆਓਗੇ ਜੀ? ਉਹ ਕਹਿੰਦੇ ਫਿਰ ਤੂੰ ਡੋਲ ਨਾ, ਤੈਨੂੰ ਪਹਿਲਾਂ ਭਗਵਾਨ ਨੇ ਉਹ ਕਹਿੰਦਾ ਵੀ ਤੈਨੂੰ ਅਸੀਂ ਚਾਰ ਧੱਦੇ ਦਿੰਦੇ ਹਾਂ, ਧੱਦੇ ਧੱਦੇ ਚਾਰ ਦਿੰਦੇ ਹਾਂ, ਡੋਲ ਨਾ ਤੇਰੇ ਨਾਲ ਰਹਿਣਗੇ ਜੀ। ਉਹਨਾਂ ਚਾਰ ਧੱਦੇ ਦਿੱਤੇ, ਧਰਮ ਧਾਮ ਧਰ ਤੇ ਧੀਰਜ। ਧਰਮ ਧਾਮ ਧਰਤ ਤੇ ਧੀਰਜ, ਧਰਮ ਤੇ ਹਰ ਇੱਕ ਦਾ ਹੀ ਇੱਥੇ ਵੀ ਜਿੰਨੇ ਬਣੇ ਆਣ ਕੇ ਤੇ ਉਹਨਾਂ ਦਾ ਅੰਤ ਨੀ, ਧਰਮ ਤੇ ਹੈਗਾ ਜੀ 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 ਜੀ। ਧਾਮ ਵਿੱਚ ਇੱਥੇ ਮੰਦਿਰ ਮਸੀਰ ਜੋ ਵਾ ਕੋਈ ਨੀ ਹਿੱਲੂਗਾ ਜੀ। ਧਰ ਤੈਨੂੰ ਵੀ ਕੋਈ ਨੀ ਹਿਲਾ ਸਕਦਾ ਜੀ। ਧੀਰਜ ਤੇਰੇ ਚਾਰ ਸਫੇਰੇ ਰਹੂਗੇ, ਤੂੰ ਕਦੇ ਵੀ ਨੀ ਡੋਲੇਂਗੇ ਜੀ। ਚਾਰ ਧੱਦੇ ਦੇ ਕੇ ਤੇ ਫਿਰ ਧਰਤੀ ਨੇ ਨਮਸਕਾਰ ਕੀਤੀ ਵੀ ਧੰਨਵਾਦ ਆ, ਫਿਰ ਹੁਣ ਮੈਨੂੰ ਤੁਹਾਡਾ ਹੀ ਆਸਰਾ ਆ ਜੀ। ਉਹ ਫਿਰ ਕਹਿੰਦੇ ਵੀ ਅਸੀਂ ਅਸੀਂ ਉਹਨਾਂ ਚ ਜਨਤਾ ਵੀ ਏਦਾਂ ਦੀ ਹੋਊਗੀ, ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਮਾਣਾ, ਅਣਹੁੰਦੇ ਆ ਵੰਡਾਏ ਕੋ ਐਸਾ ਭਗਤ ਸਦਾਏ ਜੀ। ਏਦਾਂ ਦੀ ਸੰਸਾਰ ਧੀਰ ਜਵਾਨ ਜਨਤਾ ਹੋਊਗੀ ਸਾਡੀ, ਜਿਹਦੇ ਵਿੱਚ ਦੁਖੀ ਦੇ ਸਾਹਮਣੇ ਆਪਾਂ ਵਾਰ ਦੇਣ ਲਈ ਖੜੋ ਜਾਣਗੇ ਅਗਲੇ ਜੀ। ਤਾਂ ਫਿਰ ਸ਼ਹਿਨਸ਼ਾਹ ਨੇ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਫਿਰ ਗੁਰੂ ਨਾਨਕ ਸਾਹਿਬ ਨੇ ਆਪ ਅਵਤਾਰ ਧਾਰਿਆ। ਸਰਗਣ ਰੂਪ ਧਾਰਿਆ ਆਪ, ਸੂਖਸਮ ਦੇਹ ਉਹਨੂੰ ਕਹਿੰਦੇ ਆ, ਜਿਹੜੀਆਂ ਆਪਣੀਆਂ ਦੇਹਾਂ ਇਹ ਅਸਥੂਲ ਆ। ਅਸਥੂਲ ਹਾਂਜੀ, ਉਹ ਸੂਖਸ਼ਮ ਦਿਮਾ ਆਪ ਨਾਰਾਇਣ ਕਲਾਤਾਰ, ਉਹ ਜਿੱਦਾਂ ਜਿਹਾ ਹੈਗੀਆਂ ਜਿੱਦਾਂ ਭਗਤ ਰਵਿਦਾਸ ਹੋਣਾਂ ਦੀਆਂ, ਕਬੀਰ ਹੋਣਾਂ ਦੀਆਂ, ਉਹਨਾਂ ਤੋਂ ਅੱਗੇ ਇਹ ਸੂਖਸ਼ਮ ਦੇ ਆ ਜਿਹੜੀ ਆਪ ਨਾਰਾਇਣ ਆਪ ਕਲਾਤਾਰ ਜਾ ਕੇ ਆਪੀ ਨੇ ਆਪ ਸਾਜ ਕੇ ਆਪੀ ਨੇ ਰੱਖਿਆ ਨਾਮ ਜੀ ਜੀ। ਉਹਨਾਂ ਨੇ ਨਾਮ ਵੀ ਆਪੇ ਆਪ ਨੂੰ ਸਾਜਿਆ ਵੀ ਆਪ ਆ ਤੇ ਨਾਮ ਵੀ ਆਪ ਦਾ ਆਪ ਰੱਖਿਆ। ਤੇ ਬਾਬੇ ਗੁਰੂ ਨਾਨਕ ਦੇਵ ਜੀ ਦੇ ਬਾਬਾ ਜੀ ਦਾ ਨਾਂ ਸੀ ਸ਼ਿਵਰਾਮ, ਸ਼ਿਵਰਾਸ, ਸ਼ਿਵਰਾਸ ਜੀ, ਸ਼ਿਵਰਾਸ ਸਸੇਨਾ। ਦਾਦੀ ਦਾ ਨਾਂ ਸੀ ਬਨਾਰਸੀ ਜੀ ਜੀ। ਪਿਤਾ ਜੀ ਦਾ ਨਾਂ ਸੀ ਮਹਿਤਾ ਕਾਲੂ ਜੀ, ਤੇ ਮਾਤਾ ਜੀ ਦਾ ਤ੍ਰਿਪਤਾ ਜੀ, ਤੇ ਚਾਚੇ ਦਾ ਲਾਲੂ ਜੀ ਨਾਂ ਸੀ। ਠੀਕ ਹੈ ਜੀ। ਤੇ ਉਹਨਾਂ ਦੇ ਪਿਛਲੇ ਪਰਿਵਾਰਕ ਨਾਂ ਸੀਗੇ, ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਪ੍ਰਕਾਸ਼ ਧਾਰ ਲਿਆ ਤੇ ਸਭ ਕੁਛ ਪ੍ਰੈਕਟੀਕਲ ਜਨਤਾ ਨੂੰ ਆਣ ਕੇ ਦਿੱਤਾ ਉਹਨਾਂ ਦਿਖਾਵੇ, ਤੇ ਇਹ ਅੱਜ ਕੱਲ ਦੇ ਸਿਆਸਤਦਾਨਾਂ ਨੂੰ ਜਿੱਦਾਂ ਹੁਣ ਅੱਤ ਚੱਕੀ ਹੋਈ ਆ, ਭਗਵੇਂ ਰੂਪ ਨੇ ਵੀ ਚੱਕੀ ਹੋਈ, ਏਦਾਂ ਉਹ ਪਿੱਛੇ ਵੀ ਚੱਕੀ ਹੋਈ, ਤੇ ਉਦੋਂ ਧਰਤੀ ਮਾਤਾ ਨੇ ਪੁਕਾਰ ਕੀਤੀ ਵੀ ਹੁਣ ਮੈਂ ਆਪਣੇ ਆਪ ਨੂੰ, ਤੇ ਫਿਰ ਸ਼ਹਿਨਸ਼ਾਹ ਨੇ ਪ੍ਰਕਾਸ਼ ਧਾਰਿਆ। ਮਤਲਬ ਉਹਨਾਂ ਨੇ ਉਹਨਾਂ 45,000 ਮੀਲ ਸਫ਼ਰ ਕੀਤਾ ਸੰਸਾਰੀ ਆਪ ਪੈਦਲ। ਹੰਕਾਰੀ ਰਾਜੇ, ਹੰਕਾਰੀ ਵਿਦਵਾਨ, ਪਖੰਡੀ ਸਾਧੂ, ਸਭ ਨੂੰ ਸ਼ਬਦ ਨਾਲ ਸਿੱਧੇ ਰਾਜੇ ਸਿੱਧੇ ਰਾਹੇ ਪਾਇਆ ਜੀ, ਤੇ ਦੁਨੀਆ ਦੀ ਅੱਤ ਮਕਾ ਕੇ ਤੇ ਪਿਆਰ ਸਤਿਕਾਰ ਸਿਖਾਇਆ। ਗੁਰੂ ਨਾਨਕ ਨੇ ਵਾਹੀ ਕੀਤੀ ਨਾਲੇ ਸੱਚਾ ਸੌਦਾ ਜੀ, ਕੌੜੇ ਰੀਠੇ ਮਿੱਠੇ ਕਰਤੇ, ਪਰ ਹੈ ਦੋਵਾਂ ਦਾ ਇੱਕੋ ਪੌਦਾ ਜੀ। ਮਰਦਾਨੇ ਦੀ ਜਾਨ ਬਚਾਈ, ਜਦੋਂ ਖਾ ਚੱਲਿਆ ਸੀ ਕੌਡਾ, ਉਸ ਨਾਨਕ ਦੀ ਬਾਣੀ ਹੈ ਰੱਬ ਦੀ ਪੌੜੀ, ਤੂੰ ਚੜ ਜਾ ਪੌਡਾ ਪੌਡਾ। ਕੀ ਬਾਤ ਹੈ, ਪਰ ਲੰਮੇ ਪਿਆ ਮਜ਼ਲ ਨਹੀਂ ਮੁੱਕਣੀ ਜੀ, ਉਠ ਮੁਰਸ਼ਦ ਲੱਭ ਕੇ ਭੇਟਾ ਸੀ ਚੜਾ ਜੀ,
ਜੇ ਭੇਟਾ ਮਨਜ਼ੂਰ ਹੋ ਜਾਵੇ ਫਿਰ ਲੱਖ ਲੱਖ ਸ਼ੁਕਰ ਮਨਾਂਗਾ। ਵਾਹ ਜੀ ਵਾਹ, ਬਹੁਤ ਵਧੀਆ ਜੀ ਅੰਜਾਨ ਸਾਹਿਬ। ਤੇ ਇਹ ਗੁਰੂ ਨਾਨਕ ਸਾਹਿਬ ਦਾ ਇੱਥੇ ਪੈਗਾਮ ਆਣ ਕੇ ਤੇ ਆਖਰੀ ਉਹਨਾਂ ਦੀ ਅਰਦਾਸ ਹੈਗੀ ਆ ਜੀ। ਸੁਣੀ ਅਰਦਾਸ ਸੁਆਮੀ ਮੇਰੇ, ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ ਦਿਸਦਾ ਮਲਾ ਕੋਈ ਨਾ, ਤਾਈਓ ਟਿਕ ਟਿਕ ਤੇਰੇ ਤੇ ਟਕਾਈ ਦਿਸਦਾ ਬਚਾ ਕੋਈ ਨਾ ਜੀ। ਪ੍ਰਗਟ ਪਈ ਸਗਲੇ ਜੁਗੇ ਅੰਤਰ, ਪ੍ਰਗਟ ਪਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ ਦਿਸਦਾ ਬਚਾ ਕੋਈ ਨਾ, ਤਾਈਓ ਟਿਕ ਟਿਕ ਤੇਰੇ ਤੇ ਟਕਾਈ ਦਿਸਦਾ ਬਚਾ ਕੋਈ ਨਾ ਜੀ, ਤਾਈਓ ਟਿਕ ਟਿਕ ਤੇਰੇ ਤੇ ਟਕਾਈ ਦਿਸਦਾ ਬਚਾ ਕੋਈ ਨਾ ਜੀ। ਬਹੁਤ ਮਿਹਰਬਾਨੀ ਅੰਜਾਨ ਸਾਹਿਬ, ਬਹੁਤ ਧੰਨਵਾਦ ਜੀ। ਤੇ ਸਾਡੇ ਸ਼ਾਇਦ ਬਣਦਾ ਹੀਦਰ ਦਾ ਚੱਕਰ, ਹੁਣ ਇਹ ਪਤਾ ਨਹੀਂ ਕਿਹੜੇ ਸ਼ਹਿਰ ਦਾ ਹੈਗਾ, ਅਪ੍ਰੈਲ ਦੇ ਪਹਿਲੇ ਹਫਤੇ ਯਾਨੀ ਮਹੀਨੇ ਕੁ ਤੱਕ ਫਿਰ ਜ਼ਰੂਰ ਦਰਸ਼ਨ ਕਰਾਂਗੇ ਤੁਹਾਡੇ। ਧੰਨਵਾਦ ਜੀ, ਧੰਨਵਾਦ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਗੱਲਬਾਤ ਆਪਾਂ ਕੀਤੀ ਅੰਜਾਨ ਸਾਹਿਬ ਦੇ ਨਾਲ, ਹੁਣ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਅਤੇ ਵਿਸ਼ਾ ਜਿਹੜਾ ਅੱਜ ਦਾ ਜਿਵੇਂ ਹਮੇਸ਼ਾ ਹੀ ਹੁੰਦਾ ਆਪਣੇ ਨਾਲ ਮਿਲਦਾ ਜੁਲਦਾ ਵਿਸ਼ਾ ਹੁੰਦਾ, ਅੱਜ ਜਿਵੇਂ ਆਪਾਂ ਗੱਲ ਕਰੀ ਦੀ ਰੀਤੀ ਰਿਵਾਜਾਂ ਦੀ ਗੱਲ ਕਰੀ ਦੀ, ਜਾਂ ਫਿਰ ਆਪਣੇ ਜਿਹੜੇ ਵਿਆਹ ਸ਼ਾਦੀਆਂ ਦੀ ਗੱਲ ਕਰੀ ਦੀ ਹੈ, ਉਹਦੇ ਵਿੱਚੋਂ ਫਿਰ ਜਿਹੜੇ ਆਪਣੇ ਰਿਸ਼ਤੇਦਾਰ ਹੈਗੇ ਨੇ, ਨਾਤੇ ਹੈਗੇ ਨੇ, ਉਹਨਾਂ ਦੀ ਗੱਲ ਕਰੀ ਦੀ ਹੈ ਜਿਹੜੇ ਅੱਜ ਕੱਲ੍ਹ ਨਾ ਮਾਤਰ ਰਹਿ ਗਏ ਨੇ, ਕਮਰਸ਼ੀਅਲ ਹੋ ਕੇ ਰਹਿ ਗਏ ਨੇ, ਕੰਮ ਤਾਂ ਹੀ ਮਤਲਬ ਜਿਹੜੇ ਰਿਸ਼ਤੇ ਉਹੀ ਰਹਿ ਗਏ ਨੇ। ਜੇ ਸਾਨੂੰ ਕਿਸੇ 'ਤੇ ਕੰਮ ਹੈਗਾ ਅਤੇ ਸਾਡਾ ਉਹਦੇ ਨਾਲ ਰਿਸ਼ਤਾ ਵੀ ਹੈਗਾ, ਚਾਹੇ ਉਹ ਖੂਨ ਦਾ ਰਿਸ਼ਤਾ, ਚਾਹੇ ਕੋਈ ਸਾਡਾ ਯਾਰ ਦੋਸਤ ਹੈ, ਭੈਣ ਭਰਾ ਆ, ਅਤੇ ਜੇ ਸਾਨੂੰ ਉਹਦੇ ਕੰਮ ਨਹੀਂ ਹੈਗੀ ਤਾਂ ਹੈਲੋ ਹਾਏ ਤੋਂ ਬਿਨਾਂ, ਚਾਰ ਅੱਖਰਾਂ 'ਤੇ ਫੋਨ 'ਤੇ ਵੀ ਪੁੱਛ ਕੇ ਹਾਲ ਚਾਲ ਤੋਂ ਬਿਨਾਂ ਉਦੋਂ ਉੱਪਰ ਕੋਈ ਗੱਲ ਨਹੀਂ ਹੁੰਦੀ। ਸੋ ਬ੍ਰੇਕ ਤੋਂ ਬਾਅਦ ਕਰਾਂਗੇ ਗੱਲਾਂ ਬਾਤਾਂ ਤੁਹਾਡੇ ਨਾਲ, ਤੁਸੀਂ ਜਦ ਤੱਕ ਨੰਬਰ ਡਾਇਲ ਕਰ ਲਓ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਫਟਾਫਟ ਵਿਸ਼ੇ ਵੱਲ ਚੱਲਦੇ ਤਾਂ ਉਦੋਂ ਬਾਅਦ ਫਟਾਫਟ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਾਂਗੇ। ਵਿਸ਼ੇ ਦੀ ਆਪਾਂ ਗੱਲ ਕਰੀਏ ਤਾਂ ਪਿੱਛੋਂ ਸ਼ੁਰੂ ਕਰੀਏ ਗੱਲ, ਹੁਣ ਕਿੱਧਰਲੇ ਪਾਸੋਂ ਕਰੀਏ ਗੱਲ, ਤਾਂ ਖੈਰ ਮੁੜ ਕੇ ਇੱਥੇ ਹੀ ਆਉਣੀ ਹੈ ਵਿਆਹਾਂ ਸ਼ਾਦੀਆਂ 'ਤੇ ਹੀ। ਗੱਲ ਸ਼ੁਰੂ ਕਰਦੇ ਹਾਂ, ਇੱਕ ਨਾਮ ਹੈ ਕੰਟਰੈਕਟ, ਆਪਸ ਦੇ ਵਿੱਚ ਲਿਖਾ ਪੜ੍ਹੀ ਜਿਹੜੀ ਹੁੰਦੀ ਹੈ, ਇੱਕ ਤਾਂ ਕੰਟਰੈਕਟ ਹੁੰਦਾ ਵੀ ਠੇਕਾ ਕਿਸੇ ਨੂੰ ਦੇਣਾ, ਇਹ ਆਪਸ 'ਚ ਲਿਖਾ ਪੜ੍ਹੀ ਐਗਰੀਮੈਂਟ ਕਹਿ ਲਈਏ, ਚਾਹੇ ਉਹਨੂੰ ਚਾਹੇ ਕੰਟਰੈਕਟ ਕਹਿ ਲਈਏ, ਇਹ ਇੱਕ ਆਮ ਚੱਲਿਆ ਆਉਂਦਾ ਸ਼ੁਰੂ ਤੋਂ। ਇਹ ਜ਼ਿਆਦਾਤਰ ਵਰਤਿਆ ਜਾਂਦਾ ਸੀ ਜਿਵੇਂ ਕੋਈ ਜ਼ਮੀਨ ਜਾਇਦਾਦ ਲਾਣੀ ਹੈ ਤਾਂ ਉਹਦੇ 'ਚ ਅਸਟਾਮ ਪੇਪਰ ਲਾ ਕੇ ਨਾਲ ਅਤੇ ਨਾਲ ਕਿੰਨੇ ਜੇ ਜਿੰਨੇ ਦੀ ਜ਼ਮੀਨ ਹੈ ਉਨੇ ਦੀ ਸਰਕਾਰ ਨੂੰ ਪੈਸੇ ਦੇਣੇ ਪੇਪਰ ਨਾਲ ਲਾ ਕੇ, ਤਾਂ ਉਹ ਇੱਕ ਪੱਕੇ ਕਾਗਜ਼ ਜਿਹੜੇ ਉਹ ਬਣ ਜਾਂਦੇ ਸੀਗੇ। ਜਾਂ ਫਿਰ ਕਿਸੇ ਨਾਲ ਕੋਈ ਅਸੀਂ ਗੱਲ ਕਰੀਏ ਤਾਂ ਆਮ ਤੌਰ 'ਤੇ ਕੰਪਨੀਆਂ ਜਿਹੜੀਆਂ ਵੱਡੀਆਂ ਹੈਗੀਆਂ ਜਾਂ ਸਰਕਾਰੀ ਤੌਰ 'ਤੇ ਅਸੀਂ ਕਿਤੇ ਜੋਬ ਕਰਦੇ ਹਾਂ ਤਾਂ ਉਹ ਫਿਰ ਇੱਕ ਐਗਰੀਮੈਂਟ ਕਰਦੇ ਨੇ, ਕੰਟਰੈਕਟ ਕਰਦੇ ਨੇ, ਜਿਹਦੇ ਵਿੱਚ ਉਹਦੀਆਂ ਸ਼ਰਤਾਂ ਲਿਖੀਆਂ ਹੁੰਦੀਆਂ, ਉਹਦੀਆਂ ਵੀ ਸ਼ਰਤਾਂ ਲਿਖੀਆਂ ਹੁੰਦੀਆਂ। ਮੈਂ ਜਸ ਪੰਜਾਬੀ ਦੀ ਅਸੀਂ ਗੱਲ ਕਰਦੇ ਹਾਂ, ਜਸ ਪੰਜਾਬੀ ਦੇ ਵਿੱਚ ਵੀ ਕੰਟਰੈਕਟ ਕਰਦੇ ਨੇ, ਜਿਹਦੇ ਵਿੱਚ ਕੰਪਨੀ ਦੀਆਂ ਸ਼ਰਤਾਂ ਵੀ ਹੁੰਦੀਆਂ ਵੀ ਤੁਸੀਂ ਆਹ ਆਹ ਕਰਨਾ, ਅਤੇ ਜਿਹੜਾ ਇੰਪਲਾਈ ਆ ਉਹਦੀਆਂ ਵੀ ਸ਼ਰਤਾਂ ਹੁੰਦੀਆਂ, ਫਿਰ ਕੰਟਰੈਕਟ ਤੋਂ ਇਹ ਸਾਈਨ ਕਰਕੇ ਅਤੇ ਆਰਾਮ ਦੇ ਨਾਲ ਕੰਮ ਕਰਦੇ ਨੇ। ਕੋਈ ਕੰਟਰੈਕਟ 2 ਸਾਲ ਦਾ ਹੁੰਦਾ, ਕੋਈ 5 ਸਾਲ ਦਾ ਹੁੰਦਾ, ਕੋਈ 10 ਸਾਲ ਦਾ ਹੁੰਦਾ, ਮਤਲਬ ਇਹ ਕੰਟਰੈਕਟ ਇੱਕ ਹੁੰਦਾ ਹੈਗਾ ਜਿਹੜਾ ਸ਼ੁਰੂ ਤੋਂ ਚੱਲਿਆ ਆਉਂਦਾ। ਪਰ ਇਹ ਕੰਟਰੈਕਟ ਜਿਹੜਾ ਆਮ ਕੰਪਨੀਆਂ ਦੇ ਵਿੱਚ, ਜਾਂ ਦੋ ਜ਼ਮੀਨ ਜਾਇਦਾਦ ਦੀ ਗੱਲ ਕਰੀਏ, ਇੱਕ MOU ਹੁੰਦਾ, ਮਿਊਚਲ ਅੰਡਰਸਟੈਂਡਿੰਗ ਦਾ ਕੰਟਰੈਕਟ ਹੁੰਦਾ, ਉਹਦੇ 'ਚ ਦੋਹਾਂ ਧਿਰਾਂ ਵੱਲੋਂ ਉਹਨੂੰ ਉਹ ਨਹੀਂ ਕਰਾਉਂਦੇ, ਕਿਤੇ ਉਹ ਟੈਸਟ ਉਸ ਨਹੀਂ ਕਰਾਉਂਦੇ, ਉਹ ਮਿਊਚਲ ਹੁੰਦਾ ਦੋਹਾਂ ਦਾ, ਲਿਖ ਕੇ ਇੱਕ ਉਹ ਕਾਪੀ ਰੱਖ ਲੈਂਦਾ, ਇੱਕ ਉਹ ਰੱਖ ਲੈਂਦੇ ਆਪਣੇ ਵਿੱਚ ਆਹ ਆਹ ਗੱਲ ਹੋਈ ਹੈ ਅਤੇ ਆਹ ਆਪਣੇ ਕੋਲ ਉਹਦਾ ਪਰੂਫ ਆ, ਤਾਂ ਉਹ ਬਾਹਲਾ ਨਹੀਂ ਉਹ ਕਰਦੇ। ਅਤੇ ਦੂਜੀ ਇੱਕ ਚੀਜ਼ ਹੋਰ ਹੁੰਦੀ ਸੀ, ਪੰਜਾਬ ਦੀ ਗੱਲ ਕਰੀਏ ਜਾਂ ਭਾਰਤੀ ਗੱਲ ਕਰੀਏ, ਤਾਂ ਉੱਥੇ ਜਦੋਂ ਜਾਈਦਾ ਸੀ ਤਾਂ ਕੋਈ ਪੇਪਰ ਕਿਤੇ ਲਾਉਣਾ ਕਿਸੇ ਨਾਲ ਲਾਉਣਾ, ਹੁਣ ਤਾਂ ਸ਼ਾਇਦ ਘੱਟ ਗਿਆ, ਸੈਲਫ ਅਟੈਸਟ ਚੱਲ ਜਾਂਦਾ, ਫੋਟੋ ਕਾਪੀ ਜੇ ਨਾਲ ਲਾਉਣੀ ਹੈ ਤਾਂ ਉਹ ਕਹਿੰਦੇ ਜੀ ਨੋਟਰੀ ਕੋਲੋਂ ਟੈਸਟ ਕਰਾ ਕੇ ਲਿਆਓ। ਉਹਦਾ ਮਤਲਬ ਇਹ ਹੁੰਦਾ ਸੀ ਵੀ ਨੋਟਰੀ ਕੇ ਲਿਖਦਾ ਹੁੰਦਾ ਸੀ, ਬਕਾਇਦਾ ਵੀ ਮੈਂ ਇਹਨੂੰ ਜਾਣਦਾ, ਮੈਂ ਇਹਦੇ ਅਸਲੀ ਪੇਪਰ ਜਿਹੜੇ ਉਹ ਦੇਖੇ ਨੇ, ਤਾਂ ਮੈਂ ਜਿਹੜੇ ਤਾਂ ਫੋਟੋ ਸਟੇਟ ਜਿਹੜੀ ਹੈ ਟੈਸਟ ਕਰਤੀ, ਇਹ ਵੀ ਹੁੰਦਾ ਸੀ। ਪਰ ਇਹਦੇ 'ਤੇ ਤਾਂ ਕੰਮ ਬਹੁਤ ਚੱਲਦਾ ਸੀਗਾ, ਉੱਥੇ ਲੋੜ ਹੀ ਨਹੀਂ ਪੈਂਦੀ ਸੀਗੀ, ਮਤਲਬ ਤੁਹਾਡੇ ਕੋਲ ਚਾਹੇ 10 ਸਾਲ ਪੁਰਾਣੀ ਫੋਟੋ ਕਾਪੀ ਪਈ ਆ ਅਤੇ ਤੂੰ ਹੁਣ ਪਰੂਫ ਨਹੀਂ ਹੈਗਾ, ਤਾਂ ਉੱਥੇ ਪੰਜਾਬ ਦੀ ਗੱਲ ਕਰੀਏ, ਈਵਨ ਚੰਡੀਗੜ੍ਹ ਦੀ ਗੱਲ ਕਰੀਏ, ਚੰਡੀਗੜ੍ਹ ਦੇ ਵਿੱਚ ਉਹ ਬੰਦਾ ਜਾਂਦਾ ਉੱਥੇ, ਜੇ ਉਹਦਾ 10 ਰੁਪਈਏ ਲੈਂਦੇ ਆ ਤਾਂ ਉਹਨੇ 15 ਲੈਣੇ ਆ, 25 ਲੈਂਦੇ ਆ, 30 ਲੈਣੇ ਆ, ਉਹਨੇ ਕੋਈ ਓਰੀਜਨਲ ਪੇਪਰ ਨਹੀਂ ਦੇਖਣਾ, ਠਾਪਾ ਲਾ ਕੇ ਤੁਹਾਨੂੰ ਚੀਜ਼ ਵਾਪਸ ਕਰ ਦੇਣੀ ਆ। ਇੱਕ ਇਹ ਚੀਜ਼ਾਂ ਵੀ ਹੈਗੀਆਂ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਪੱਕੇ ਪੇਪਰ ਕਹਿ ਲਈਏ, ਕੁਛ ਕਰ ਲਈਏ। ਅਤੇ ਇਹ ਪੱਕੇ ਪੇਪਰਾਂ ਤੋਂ ਬਾਅਦ ਇੱਕ ਪੱਕੇ ਪੇਪਰ ਆਉਂਦੇ ਆ ਬਾਹਰ ਦੇ, ਬਾਹਰ ਦੇ ਪੱਕੇ ਪੇਪਰ ਲੈਣ ਵਾਸਤੇ ਆਪਾਂ ਬੜਾ ਕੁਛ ਢਾਹ ਭੰਨ ਕਰਨੀ ਪੈਂਦੀ ਹੈ। ਅਸਾਈਲਮ ਤੋਂ ਇਲਾਵਾ ਇੱਕ ਜਿਹੜਾ ਕੇਸ ਹੈਗਾ ਬਾਹਰਲੇ ਮੁਲਕਾਂ ਦੇ ਵਿੱਚ ਹਜੇ ਤੱਕ ਚੱਲਦਾ, ਉਹ ਹੈਗਾ ਵਿਆਹ ਦੇ ਬੇਸ 'ਤੇ ਕੰਮ ਛੇਤੀ ਬਣ ਜਾਂਦਾ।
ਜਦੋਂ ਸਾਡੇ ਪੰਜਾਬੀਆਂ ਨੂੰ ਪਤਾ ਲੱਗਿਆ ਵਿਆਹ ਦੇ ਬੇਸ 'ਤੇ ਕੰਮ ਛੇਤੀ ਬਣ ਜਾਂਦਾ ਅਤੇ ਫਿਰ ਵਿਆਹ ਇੱਦਾਂ ਹੋਣ ਲੱਗ ਪਏ, ਉੱਧਰੋਂ ਕੰਟਰੈਕਟ ਮੈਰਿਜ ਹੋਣ ਲੱਗ ਪਈ, ਆ ਗਈ ਗੱਲ ਫਿਰ ਉੱਥੇ ਮੋੜ ਕੇ ਕੰਟਰੈਕਟ 'ਤੇ। ਕੰਟਰੈਕਟ ਮੈਰਿਜ ਹੋਣ ਲੱਗ ਪਈ ਵੀ ਆਪਾਂ ਠੀਕ ਹੈ ਆਸਟ੍ਰੇਲੀਆ ਦੋਹਾਂ ਨੇ ਜਾਣਾ, ਸਾਡੇ ਮੁੰਡੇ ਕੋਲ ਸਾਡੀ ਕੁੜੀ ਕੋਲ ਹੈਗੇ 7 ਬੈਂਡ ਨਾਲ, ਤੈਨੂੰ ਲੈ ਜਾਂਦੇ ਵੀ ਇੰਨੇ ਪੈਸੇ ਲੱਗਣਗੇ ਤਾਂ ਉੱਥੇ ਜੋ ਵੀ ਹੋਇਆ, ਤਾਂ ਉਦੋਂ ਬਾਅਦ ਕੋਈ ਵਿਆਹ ਨਹੀਂ, ਕੋਈ ਕੁਛ ਨਹੀਂ, ਕੰਟਰੈਕਟ ਮੈਰਿਜ ਹੈਗੀ ਹੈ, ਸਪਾਊਸ ਬਣਾ ਕੇ ਲੈ ਜਾਂਦੇ, ਕਨੇਡਾ ਵੀ ਹੋ ਗਿਆ, ਇੱਧਰ ਵੀ ਹੋ ਗਿਆ। ਚਲੋ ਇੱਥੋਂ ਤੱਕ ਵੀ ਠੀਕ ਸੀ ਵੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਵਾਸਤੇ ਕੰਟਰੈਕਟ ਮੈਰਿਜ ਕਰਦੇ ਹਾਂ, ਅਤੇ ਉਹ ਵੀ ਗੱਲ ਠੀਕ ਸੀ। ਹੁਣ ਮੈਂ ਜੇ ਇਸ ਕੰਟਰੈਕਟ ਦੀ ਗੱਲ ਕਰਨ ਲੱਗਿਆਂ, ਉਹ ਕੰਟਰੈਕਟ ਹੈਗਾ ਕਿ ਅੱਜ ਕੱਲ੍ਹ ਵੱਡੇ ਸ਼ਹਿਰਾਂ ਵਿੱਚ, ਕਹਿ ਲਓ ਵੱਡੇ ਘਰਾਂ ਦੀ ਗੱਲ ਕਰ ਲਈਏ, ਅਤੇ ਵੱਡੇ ਘਰਾਂ ਦੇ ਵਿੱਚ ਇੱਕ ਆਮ ਮੈਰਿਜ ਜਦੋਂ ਹੁੰਦੀ ਆ, ਉਹਦਾ ਵੀ ਕੰਟਰੈਕਟ ਹੋਣ ਲੱਗ ਪਿਆ, ਉਹਦੀ ਵੀ ਲਿਖਾ ਪੜ੍ਹੀ ਹੋਣ ਲੱਗ ਪਈ। ਮੈਂ ਹੁਣ ਸੋਚਦਾ ਸੀ ਵੀ ਪਹਿਲੇ ਸਮਿਆਂ ਦੀ ਗੱਲ ਜੇ ਕਰੀਏ, ਵਿਆਹ ਉਦੋਂ ਹੁੰਦੇ ਸੀ ਜਦੋਂ ਕੰਟਰੈਕਟ ਬਹੁਤ ਦੂਰ ਦੀ ਗੱਲ ਹੈ, ਕੋਈ ਗੱਲਬਾਤ ਬਹੁਤ ਦੂਰ ਦੀ ਗੱਲ ਹੈ, ਇੱਕ ਘਰ ਦੇ ਬੰਦੇ ਨੇ ਜ਼ੁਬਾਨ ਦੇ ਦਿੱਤੀ, ਚਲੋ ਜੀ ਉਹ ਵਿਆਹ ਹੋ ਜਾਂਦਾ ਸੀ, ਅਤੇ ਵਿਆਹ ਕਿੰਨੇ ਲੰਬੇ ਚੱਲਦੇ ਸੀ, ਕਿੰਨੇ ਲੰਬੇ ਵਿਆਹ ਉਹ ਚੱਲਦੇ ਸੀਗੇ, ਉਹ ਹੋ ਜਾਂਦੇ ਸੀ, ਫਿਰ ਚਲੋ ਉਦੋਂ ਬਾਅਦ ਥੋੜ੍ਹਾ ਜਿਹਾ ਮਾਹੌਲ 'ਚੋਂ ਜੋ ਹੈ ਦੇਖ ਦਿਖਾਈ ਤੱਕ ਗੱਲ ਪਹੁੰਚੀ, ਪਰ ਕੰਟਰੈਕਟ ਤੱਕ ਗੱਲ ਕਦੇ ਵੀ ਨਹੀਂ ਪਹੁੰਚੀ। ਫਿਰ ਗੱਲ ਪਹੁੰਚ ਗਈ ਗੁਰੂ ਘਰ ਦੇ ਵਿੱਚ, ਜਿਹੜਾ ਉਹ ਸਰਟੀਫਿਕੇਟ ਬਣਨ ਲੱਗ ਪਿਆ, ਉਹ ਇੱਕ ਉਹ ਵੀ ਇੱਕ ਪ੍ਰੂਫ ਹੋ ਗਿਆ ਕੋਲ, ਕੰਟਰੈਕਟ 'ਤੇ ਗੱਲ ਕਦੇ ਵੀ ਨਹੀਂ ਪਹੁੰਚੀ। ਚਲੋ ਵਿਆਹ ਦੀ ਗੱਲ ਹੁੰਦੀ, ਵਿਆਹ ਹੁੰਦਾ, ਦੋ ਰੂਹਾਂ ਦਾ ਮੇਲ ਹੁੰਦਾ, ਕਹਿੰਦੇ ਪੰਜਾਬ ਦੀ ਆਪਾਂ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ ਜਾਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਚਾਹੇ ਮੁੰਡਾ ਵੀ ਇੱਧਰ ਦਾ ਸਿਟੀਜ਼ਨ ਹੈ ਜਾਂ ਕੁੜੀ ਵੀ ਸਿਟੀਜ਼ਨ ਹੈ, ਹੁਣ ਇੱਕ ਰਿਵਾਜ਼ ਚੱਲਿਆ ਨਵਾਂ ਨਵਾਂ ਕੰਟਰੈਕਟ ਮੈਰਿਜ। ਉਹ ਨਹੀਂ ਕਿ ਬਾਅਦ 'ਚ ਆਪਾਂ ਤੂੰ ਕੌਣ, ਤੂੰ ਆਪਣੇ ਘਰ ਅਤੇ ਮੈਂ ਆਪਣੇ ਘਰ, ਸੱਚੀ ਮੁੱਚੀ ਦਾ ਵਿਆਹ ਜਿਹੜਾ ਕਰਨਾ ਹੈ ਮੁੰਡੇ ਕੁੜੀ ਨੇ, ਉਹ ਵੀ ਕੰਟਰੈਕਟ ਮੈਰਿਜ ਕਰਨ ਲੱਗ ਪਏ, ਕੰਟਰੈਕਟ ਨਾਲ ਕਰਨ ਲੱਗ ਪਏ ਉੱਥੇ ਕੋਰਟ ਦੇ ਵਿੱਚ, ਵੀ ਆਹ ਆਹ ਸ਼ਰਤਾਂ ਹੋਣਗੀਆਂ, ਆਹ ਆਹ ਕੰਮ ਹੋਊਗਾ, ਆਹ ਕੰਮ ਤੂੰ ਕਰਨੇ, ਆਹ ਕੰਮ ਮੈਂ ਕਰਨੇ, ਆਹ ਪ੍ਰੋਪਰਟੀ ਤੇਰੀ ਆ, ਆਹ ਮੇਰੀ ਹੈ, ਤੂੰ ਮੇਰੀ ਪ੍ਰੋਪਰਟੀ ਵੱਲ ਨਹੀਂ ਦੇਖਣਾ, ਮੈਂ ਤੇਰੀ ਵੱਲ ਨਹੀਂ ਦੇਖਣਾ। ਇਹ ਸ਼ਾਇਦ ਤਾਂ ਹੋਏ ਆ ਕਿ ਕੈਲੀਫੋਰਨੀਆ ਦੀ ਖਾਸ ਤੌਰ 'ਤੇ ਗੱਲ ਕਰੀਏ ਵੀ ਤਲਾਕ ਬਾਹਲਾ ਮਹਿੰਗਾ, ਮਤਲਬ ਬੰਦੇ ਨੇ ਜਿਉਂ ਕਿਤੇ ਆਇਆ ਹੋਊਗਾ ਪਹਿਲਾਂ ਸ਼ੁਰੂ ਤੋਂ ਆ ਕੇ ਮਿਹਨਤ ਕਰਕੇ 18-18 ਘੰਟੇ ਕੰਮ ਕਰਕੇ ਵਧੀਆ ਵੱਡੇ ਵੱਡੇ ਘਰ ਪਕਾ ਪਾ ਕੇ ਤਕੜਾ ਬਿਜ਼ਨਸ ਸ਼ੁਰੂ ਕਰਕੇ ਅਤੇ ਉਦੋਂ ਬਾਅਦ ਬੰਦਾ ਜਦੋਂ ਸੋਚਦਾ ਹੁਣ ਸੈੱਟ ਹੋ ਗਏ ਵਿਆਹ ਕਰਾ ਲਈਏ, ਤਾਂ ਵਿਆਹ ਤੋਂ ਬਾਅਦ ਪੰਗਾ ਪੈ ਜਾਂਦਾ, ਤਾਂ ਸਾਰਾ ਹੂੰਝਾ ਫੇਰ ਕੇ ਲੈ ਜਾਂਦੀ ਘਰਵਾਲੀ ਜਾਂ ਘਰਵਾਲਾ। ਘਰਵਾਲੇ ਤਾਂ ਖੈਰ ਬਹੁਤ ਘੱਟ ਆ ਵੀ ਜਿਹਨਾਂ ਜਿਹੜਾ ਹੂੰਝਾ ਫੇਰ ਕੇ ਲਗਿਆ ਹੋਊਗਾ, ਮੋਸਟਲੀ ਜਿਹੜੇ ਕੇਸ ਇੱਥੇ ਸਾਹਮਣੇ ਆਏ ਨੇ ਕੈਲੀਫੋਰਨੀਆ ਦੇ ਵਿੱਚ, ਉਹ ਬੰਦੇ ਦੀ ਸਾਰੀ ਮਿਹਨਤ ਦੀ ਕਮਾਈ ਜਿਹੜੀ ਆ ਇੱਕੋ ਝਟਕੇ 'ਚ ਹੂੰਝਾ ਫੇਰ ਕੇ ਲੈ ਜਾਂਦੀ। ਕੰਟਰੈਕਟ ਮੈਰਿਜ ਇਹ ਅੱਜ ਕੱਲ੍ਹ ਤਾਂ ਹੋਣ ਲੱਗ ਪਈ ਮੇਰੇ ਹਿਸਾਬ ਦੇ ਨਾਲ। ਸੋ ਇਸ ਲਿਖਾ ਪੜ੍ਹੀ ਵਾਲੇ ਵਿਆਹ ਬਾਰੇ, ਜੇ ਇੱਕ ਸੱਚੀ ਵਿਆਹ ਹੈਗਾ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕਾਲਾਂ ਤੁਹਾਡੀਆਂ ਜਿਹੜੀਆਂ ਨਾਲ ਦੇ ਨਾਲ ਲੈਣੀਆਂ ਸ਼ੁਰੂ ਕਰਦੇ ਹਾਂ, ਕਿਉਂਕਿ ਉਸ ਤੋਂ ਪਹਿਲਾਂ ਗੱਲਬਾਤ ਜਿਹੜੀ ਅੰਜਾਨ ਸਾਹਿਬ ਨਾਲ ਚੱਲਦੀ ਸੀ। ਹੈਲੋ ਹੈਲੋ ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਮੈਂ ਗੁਰਦੀਪ ਸਿੰਘ ਸੰਧਰ ਜੀ। ਜੀ ਸੰਧਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਅਤੇ ਨਾਲ ਜਿਹੜੀ ਇਹ ਤੁਹਾਡੀ ਜਾਣਕਾਰੀ 'ਚ ਹੈ ਵੀ ਇਸ ਤਰ੍ਹਾਂ ਵਿਆਹਾਂ ਦੇ ਵਿੱਚ ਵੀ ਕੰਟਰੈਕਟ ਹੋਣ ਲੱਗ ਪਏ, ਹੁਣ ਅਸਲੀ ਵਿਆਹਾਂ ਦੇ ਵਿੱਚ ਵੀ ਨਕਲੀ ਦੇ ਤਾਂ ਹੁੰਦੇ ਹੀ ਹੁੰਦੇ ਸੀ? ਮੈਂ ਪਹਿਲਾਂ ਇਹ ਦੱਸਣਾ ਚਾਹੁੰਦਾ ਵੀ ਸਰਦਾਰ ਅਰਜਨ ਸਿੰਘ ਅੰਜਾਨ ਜੀ ਸਾਡੇ ਸ਼ਹਿਰ ਵਿੱਚ ਆ ਰਹੇ ਆ ਸੈਟਰਡੇ ਨੂੰ। ਉਹ ਗੁਰਚਰਨ ਸਿੰਘ ਜੀ ਦਾ ਮੈਨੂੰ ਕਾਲ ਆਇਆ ਸੀ, ਉਹ ਕਹਿੰਦਾ ਕਿ ਉਹ ਆ ਰਹੇ ਆ, ਤੇ ਮੈਂ ਕਿਹਾ ਮੈਂ ਜ਼ਰੂਰ ਉਹਨਾਂ ਦੇ ਦਰਸ਼ਨ ਕਰਨ ਆਊਂਗਾ, ਤੇ ਕੀਰਤਨ ਤੇ ਉਹਨੇ ਬੁਲਾਇਆ ਵੀ ਆ। ਵਾਹ ਜੀ ਵਾਹ, ਤੇ ਬੜੀ ਖੁਸ਼ੀ ਹੋਈ ਅੰਜਾਨ ਸਾਹਿਬ ਨਾਲ ਮਿਲ ਕੇ। ਤੁਹਾਡੇ ਸ਼ਹਿਰ ਤੋਂ ਕੀ ਹੈ, ਡਰਾਈਵ ਪੈਂਦੀ ਹੈ ਜਾਂ ਫਲਾਈਟ ਪੈਂਦੀ ਹੈ ਉਹਨਾਂ ਦੀ? ਕਾਰ ਤੇ ਮੇਰੇ ਖਿਆਲ 2 ਘੰਟੇ ਲੱਗਦੇ ਹੋਣੇ ਆ ਅੰਜਾਨ ਸਾਹਿਬ ਤੇ ਰਹਿੰਦੇ ਨਿੱਕੀ। ਹਾਂਜੀ ਚਲੋ, ਜਦੋਂ ਅਸੀਂ ਉਧਰ ਆਉਣਾ ਹੋਇਆ ਤਾਂ ਅਸੀਂ ਵੀ 2 ਘੰਟੇ ਦਾ ਸਫ਼ਰ ਤਾਂ ਅਸੀਂ ਵੀ ਕਵਰ ਕਰ ਲਾਂਗੇ। ਅਸੀਂ ਉੱਥੇ ਆ ਕੇ, ਸਾਡੇ ਉੱਥੇ ਹੈਗੇ ਨੇ ਮਿੱਤਰ, ਉਹ ਟਰੱਕ ਸ਼ਾਪ ਖੋਲ੍ਹ ਰਹੇ ਨੇ, ਅਤੇ ਉਹਨਾਂ ਦਾ ਲਾਈਵ ਵਗੈਰਾ ਪ੍ਰੋਗਰਾਮ ਕਰਨੇ, ਫਿਰ ਆਏ ਤਾਂ ਜ਼ਰੂਰ ਦਰਸ਼ਨ ਕਰਾਂਗੇ ਜੀ ਤੁਹਾਡੇ ਵੀ ਸੰਧਰ ਸਾਹਿਬ। ਹਾਂਜੀ ਠੀਕ ਹੈ ਜੀ, ਬਹੁਤ ਖੁਸ਼ੀ ਹੋਈ ਸਾਨੂੰ। ਅਤੇ ਕੀ ਕਹਿਣਾ ਚਾਹੁੰਦੇ ਰਿਸ਼ਤਿਆਂ ਦੇ ਬਾਰੇ? ਮੈਂ ਇਹ ਕਹਿੰਦਾ ਕਿ ਰਿਸ਼ਤੇ ਖੂਨ ਦੇ ਨਹੀਂ, ਵਿਸ਼ਵਾਸ ਦੇ ਹੁੰਦੇ ਨੇ ਜੀ। ਅਗਰ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਹੋ ਜਾਂਦੇ ਨੇ, ਔਰ ਅਗਰ ਵਿਸ਼ਵਾਸ ਨਾ ਹੋਵੇ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਨੇ। ਹਾਂਜੀ, ਜ਼ਿੰਦਗੀ ਵਿੱਚ 2 ਲੋਕਾਂ ਨਾਲ ਰਿਸ਼ਤਾ ਕਾਇਮ ਨਹੀਂ ਕਰਨਾ ਚਾਹੀਦਾ, ਜੇ ਕਰਨਾ ਵੀ ਹੈ ਤਾਂ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ। ਜੀ ਕਿਹੜੇ? ਜੀ ਜਿਹੜੇ ਜ਼ਿਆਦਾ ਬਿਜ਼ੀ ਰਹਿੰਦੇ ਆ ਉਹ, ਤੇ ਇੱਕ ਜਿਹੜੇ ਘਮੰਡੀ ਲੋਕ ਆ। ਜਿਹੜੇ ਬਿਜ਼ੀ ਆਦਮੀ ਆ ਉਹ ਮਰਜ਼ੀ ਨਾਲ ਗੱਲ ਕਰੇਗਾ, ਜਿਹੜਾ ਬਿਜ਼ੀ ਆ ਬਹੁਤ ਜ਼ਿਆਦਾ ਬਿਜ਼ੀ ਆ ਘਰੇ ਟਾਈਮ ਨਹੀਂ ਦੇ, ਉਹਨਾਂ ਨੂੰ ਗੱਲ ਕਰੇਗਾ ਜਦੋਂ ਉਹ ਆਪਣਾ ਉਹਦੇ ਕੋਲ ਟਾਈਮ ਹੋਗਾ। ਉਹ ਤੁਹਾਡੀ ਉਸ ਲਈ ਕੋਈ ਪਰਵਾਹ ਨਹੀਂ ਕਰੇਗਾ, ਤੁਸੀਂ ਕਿੰਨੇ ਦੁਖੀ ਹੋ, ਖੁਸ਼ ਹੋ ਜੀ।
ਅਤੇ ਜਿਹੜਾ ਘਮੰਡੀ ਆ ਉਹ ਮਤਲਬ ਵੇਲੇ ਯਾਦ ਕਰੇਗਾ। ਸੋ ਇਹ ਦੋ ਲੋਕਾਂ ਦਾ ਰਿਸ਼ਤਾ ਬਣਾਉਣ ਵੇਲੇ ਹਜ਼ਾਰ ਵਾਰੀ ਸੋਚਣਾ ਚਾਹੀਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਅਮਲ ਕਰਨ ਵਾਲੀ ਗੱਲ ਹੈ। ਅੱਛਾ ਮੈਂ ਜਿਹੜੀ ਹਾਂਜੀ ਆਖਰ ਚ ਇੱਕ ਸ਼ੇਅਰ ਕਹਿੰਦਾ, ਕਿਤਨੇ ਅਨਮੋਲ ਹੋਤੇ ਹੈ ਯੇ ਆਪਣੋ ਕੇ ਰਿਸ਼ਤੇ, ਯਾਦ ਨਾ ਵੀ ਕਰੇ ਤੋ ਵੀ ਇੰਤਜ਼ਾਰ ਰਹਿਤਾ ਹੈ। ਥੈਂਕ ਯੂ ਜੀ, ਕਿਆ ਬਾਤ, ਬਹੁਤ ਮਿਹਰਬਾਨੀ ਜੀ। ਪਰ ਮੈਂ ਜਾਣਨਾ ਚਾਹੁੰਦਾ ਸੀ ਜਿਹੜੀ ਲਿਖਾ ਪੜ੍ਹੀ ਵਿਆਹਾਂ ਦੇ ਵਿੱਚ ਹੋਣ ਲੱਗ ਪਈ, ਉਹਦੇ ਬਾਰੇ ਕੋਈ ਹੈ ਜਾਣਕਾਰੀ ਤੁਹਾਨੂੰ? ਲਿਖਾ ਪੜ੍ਹੀ ਕੰਟਰੈਕਟ ਮੈਰਿਜ ਹੁੰਦੀ ਸੀ ਪਹਿਲਾਂ ਤਾਂ, ਬਾਹਰ ਆਉਣ ਵਾਸਤੇ ਹੁੰਦੇ ਸੀ ਨਾ, ਕੰਟਰੈਕਟ ਕਰਕੇ ਮੈਰਿਜ ਕਰਕੇ ਆ ਜਾਂਦੇ ਸੀ ਲੋਕ। ਚਲੋ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਚਲੋ ਇਹ ਹਜੇ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਤਾਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਜਾਣਕਾਰੀ ਹੋਵੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਹ ਗਿਆਨ ਸਿੰਘ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਹੁਤ ਵਧੀਆ, ਫਸਟ ਕਲਾਸ ਜੀ। ਇੱਕਦਮ ਜਾਨ ਸਾਹਿਬ ਨੂੰ ਵਧਾਈ, ਬਹੁਤ ਅੱਜ ਬੜਾ ਮਨ ਖੁਸ਼ ਹੋਇਆ, ਸਹੀ ਸਾਖੀ ਸੁਣਾਈ ਉਹਨਾਂ ਨੇ। ਤੇ ਦੂਜੀ ਗੱਲ, ਤੁਸੀਂ ਵਿਸ਼ਾ ਕੀ ਹੁਣ? ਨਹੀਂ ਵਿਸ਼ਾ ਦਾ ਇੱਕ ਨਵੀਂ ਨਵੀਂ ਹਜੇ ਗੱਲ ਚੱਲੀ ਹੈ, ਸਾਡੇ ਦਰਸ਼ਕਾਂ ਨੂੰ ਬੜਾ ਪਤਾ ਸ਼ਾਇਦ ਨਾ ਹੋਵੇ। ਇਹ ਹਾਂਜੀ, ਇੱਕ ਆਪਾਂ ਕੰਟਰੈਕਟ ਮੈਰਿਜ ਕਰਦੇ ਸੀ ਨਾ ਜੀ, ਬਾਹਰ ਬੂਹਰ ਆਉਣ ਵਾਸਤੇ ਪਹਿਲਾਂ ਕਰਦੇ ਸੀਗੇ, ਤੇ ਜਦੋਂ ਪੇਪਰ ਕੀ ਕਰਦੇ ਸੀ, ਕੰਟਰੈਕਟ ਮੈਰਿਜ, ਕੰਟਰੈਕਟ ਕੰਟਰੈਕਟ ਤਾਂ ਮਤਲਬ ਹੁੰਦਾ ਜਿਹਨੂੰ ਵਾਅਦਾ ਕਰਨਾ ਪਵੇ, ਵਿੱਚ ਵਾਅਦਾ ਲਿਖ ਕੇ ਕੰਟਰੈਕਟ ਕਰ, ਲਿਖਤੀ ਰੂਪ ਚ ਹੀ ਹੁੰਦਾ, ਲਿਖਤੀ ਰੂਪ ਚ ਹੀ ਹੁੰਦਾ ਵੀ ਐਗਰੀਮੈਂਟ ਕਰ ਲੈਣਾ, ਐਗਰੀਮੈਂਟ। ਹਾਂਜੀ, ਵੀ ਅਸੀਂ ਵਿਆਹ ਕਰਾ ਰਹੇ ਹਾਂ ਪਰ ਉਦੋਂ ਬਾਅਦ ਵਿਆਹ ਇਹ ਪੱਕਾ ਨਹੀਂ ਹੈਗਾ, ਇਹ ਲਿਖਤੀ ਹੁੰਦਾ ਵੀ ਉਦੋਂ ਬਾਅਦ ਜਦੋਂ ਕਾਰਡ ਕਾਗਜ਼ ਬਣ ਗਏ ਤੇ ਫਿਰ ਤੁਸੀਂ ਆਪਣੇ ਤੇ ਮੈਂ ਅਸੀਂ ਆਪਣੇ ਤਲਾਕ ਲੈ ਕੇ ਆਪੋ ਆਪਣੇ ਵਿਆਹ ਕਰਾਉਂਦੇ, ਇਹ ਚੱਲਦਾ ਸੀ ਪਹਿਲਾਂ। ਨਾ ਵੈਲਿਡ ਥੋੜੋ ਇਹ, ਨਹੀਂ ਵੈਲਿਡ ਨਹੀਂ ਪਰ ਚੱਲਦਾ ਸੀ ਨਾ ਆਪਣੇ। ਨਾ ਨਾ ਨਾ, ਇਹ ਤਾਂ ਪ੍ਰਾਈਵੇਟ ਮੰਨ ਸਕਦੇ ਆ, ਕਾਨੂੰਨ ਚ ਵੈਲਿਡ ਨਹੀਂ ਹੈਗਾ। ਨਹੀਂ ਕਾਨੂੰਨ ਚ, ਹਾਂ ਨਹੀਂ, ਆਪਣਾ ਗਿਆਨ ਸਿੰਘ ਜੀ ਕਾਨੂੰਨ ਦੀ ਨਹੀਂ ਗੱਲ ਕਰਦਾ ਮੈਂ, ਇਹ ਆਪਣੇ ਕੰਟਰੈਕਟ। ਹੁਣ ਜਿਹੜਾ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਕੈਲੀਫੋਰਨੀਆ ਦੇ ਵਿੱਚ, ਹਾਂਜੀ, ਚਾਹੇ ਮੁੰਡਾ ਸਿਟੀਜਨ ਕੁੜੀ ਵੀ ਸਿਟੀਜਨ ਨੇ ਇੱਥੋਂ ਦੇ, ਉਹ ਵਿਆਹ ਕਰਾਉਂਦੇ ਨੇ, ਹੁਣ ਕੰਟਰੈਕਟ ਕਰਦੇ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ, ਕਿਉਂਕਿ ਪ੍ਰੋਪਰਟੀ ਦਾ ਖਾਸ ਤੌਰ 'ਤੇ ਉਹ 'ਚ ਜ਼ਿਕਰ ਕਰਦੇ ਨੇ ਵੀ ਸਾਡਾ ਅਗਰ ਕੱਲ੍ਹ ਨੂੰ ਤਲਾਕ ਹੁੰਦਾ ਤਾਂ ਪ੍ਰੋਪਰਟੀ ਜਿਹੜੀ ਹੈ ਉਹ ਸਾਡੀ ਆਪੋ ਆਪਣੀ ਜਿਹੜੀ ਆ ਉਹ ਰਹੇਗੀ। ਇਹ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਕੈਲੀਫੋਰਨੀਆ 'ਚ, ਹਾਂਜੀ, ਤੇ ਆਉਣ ਵਾਲੇ ਦਿਨ ਜੇ ਹੁਣ ਕੰਟਰੈਕਟ ਹੋਣ ਲੱਗ ਪਏ ਵਿਆਹਾਂ ਦੇ ਵਿੱਚ ਵੀ, ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨ ਤਾਂ ਨਿਆਣਾ ਜਦੋਂ ਜੰਮੂਗਾ ਉਹ ਵੀ ਕਹੂਗਾ ਮੇਰੇ ਨਾਲ ਕੰਟਰੈਕਟ ਕਰੋ ਜੀ ਮੇਰਾ। ਨਹੀਂ, ਜਿਹੜਾ ਕਿ ਨਾ ਹੁਣ ਚੱਲਿਆ ਇਹ ਅਮਰੀਕਾ ਦਾ ਪੁਰਾਣਾ ਕਾਨੂੰਨ ਹੀ ਹੈਗਾ, ਇਹ ਪੁਰਾਣਾ ਹੀ ਹੈਗਾ। ਇਹ ਜਿਹੜਾ ਕਿ ਨਹੀਂ ਪ੍ਰੋਪਰਟੀਆਂ ਦੀ ਲੈਣ ਦੇਣ ਹੁੰਦਾ ਨਾ, ਉਹਦੇ 'ਚ ਇਹ ਹੁੰਦਾ ਐਗਰੀਮੈਂਟ ਵੀ ਜੋ ਪ੍ਰੋਪਰਟੀ ਪਹਿਲੋਂ ਮੁੰਡੇ ਕੋਲ ਆਪਣੀ ਹੈਗੀ ਆ, ਉਹਦੇ 'ਚ ਔਰਤ ਦਾ ਕੋਈ ਹੱਕ ਨਹੀਂ ਹੈਗਾ। ਲੇਕਿਨ ਉਹ ਸਾਰੀ ਵਾਈਫ ਤਕਰੀਬਨ ਲੈ ਗਈ। ਤਲਾਕ ਸੋਚੀ ਬੈਠਾ ਆਪਣੇ, ਏਦਾਂ ਨੀ ਕਹਿੰਦੇ ਪੰਜਾਬੀ? ਚਲੋ ਸੋਚਣ ਦੀ ਗੱਲ ਵੱਖਰੀ ਆ, ਸਭ ਕੁਛ ਹੁੰਦਾ ਜੱਗੀ ਸਾਹਿਬ। ਤਾਂ ਹੁਣ ਪਿਛਲੀ ਗੱਲਾਂ ਰਹਿ ਹੀ ਕਿਹੜੀਆਂ ਗਈਆਂ, ਅੱਗੇ ਤਾਂ ਜਵਾਨੀ, ਅੱਗੇ ਤਾਂ ਜਵਾਨੀ ਰਿਸ਼ਤੇ ਹੋ ਜਾਂਦੇ ਸੀਗੇ ਜੇ ਆਪਾਂ ਜਵਾਨ। ਅਤੇ ਹੁਣ ਕੰਟਰੈਕਟ ਹੋਣ ਲੱਗ ਪਿਆ ਜੀ ਵਿਆਹਾਂ ਦੇ ਵੀ। ਚਲੋ ਮਿਹਰਬਾਨੀ ਜੀ ਤੁਹਾਡੀ, ਬਹੁਤ ਬਹੁਤ ਗਿਆਨ ਸਿੰਘ ਜੀ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ। ਗੱਲਾਂ ਬਾਤਾਂ ਚੱਲ ਰਹੀਆਂ ਨੇ, ਵੈਸੇ ਮੇਰੇ ਹਿਸਾਬ ਦੇ ਨਾਲ ਇਹ ਵਿਆਹ ਜੇ ਅਸੀਂ ਕਹਿੰਦੇ ਦੋ ਰੂਹਾਂ ਦਾ ਮੇਲ ਹੈ, ਅਤੇ ਮੇਲ ਜਿਹੜਾ ਹੈਗਾ ਰੂਹਾਂ ਦੇ ਵਿੱਚ ਤਾਂ ਪਹਿਲਾਂ ਹੀ ਲੀਕ ਵੱਜ ਗਈ ਵੀ ਲੈ ਵੀ ਇਹਨੂੰ ਵਿਸ਼ਵਾਸ ਨਹੀਂ। ਜੇ ਹੁਣ ਮੁੰਡਾ ਕਹੂਗਾ, ਜੇ ਮੁੰਡੇ ਕੋਲ ਪ੍ਰੋਪਰਟੀ ਹੋਊਗੀ ਤਾਂ ਮੁੰਡਾ ਲਿਖਾ ਪੜ੍ਹੀ ਕਰੂਗਾ, ਜੇ ਕੁੜੀ ਕੋਲ ਹੋਏਗੀ ਪਹਿਲਾਂ ਕੁੜੀ ਲਿਖਾ ਪੜ੍ਹੀ ਕਰੇਗੀ। ਹੁਣ ਜਿਹੜਾ ਬੰਦਾ ਵੀ ਇਹ ਕਹੇਗਾ ਵੀ ਆਪਾਂ ਕੰਟਰੈਕਟ ਕਰਨਾ, ਮੇਰੀ ਪ੍ਰੋਪਰਟੀ ਜਿਹੜੀ ਮੇਰੀ ਪਹਿਲਾਂ ਦੀ ਮੇਰੇ ਕੋਲ ਰਹੂਗੀ, ਤਾਂ ਵਿਆਹ ਦੇ ਵਿੱਚ ਤਾਂ ਉੱਥੇ ਹੀ ਸ਼ੁਰੂ ਹੋ ਗਿਆ ਫਿੱਕ ਪੈਣਾ ਵੀ ਇਹਦਾ ਮਤਲਬ ਤੂੰ ਪਹਿਲਾਂ ਹੀ ਸੋਚੀ ਬੈਠਾ ਤਲਾਕ ਲੈਣਾ ਹੈ। ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਇਹ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ। ਬ੍ਰੇਕ ਤੋਂ ਬਾਅਦ ਬਾਕੀ ਗੱਲਾਂ ਬਾਤਾਂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਗੱਲਾਂ ਬਾਤਾਂ ਸਿਲਸਿਲਾ ਸ਼ੁਰੂ ਹੋਇਆ ਸੀਗਾ, ਅਤੇ ਕਾਲਾਂ ਜਿਹੜੀਆਂ ਉਹ ਫੋਨ 'ਚ ਟੈਕਨੀਕਲ ਪ੍ਰੋਬਲਮ ਆ ਗਈ ਸੀ ਥੋੜ੍ਹੀ ਜਿਹੀ, ਤਾਂ ਕਾਲਾਂ ਉਹ ਇਕੱਠੀਆਂ ਗਈਆਂ ਸਾਰੀਆਂ। ਮੈਂ ਸਿੱਧੇ ਲਫ਼ਜ਼ ਤੁਹਾਨੂੰ ਦੱਸ ਦਵਾਂ, ਦੁਬਾਰਾ ਕਾਲ ਕਰਕੇ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ। ਫੋਨ ਹੁਣ ਠੀਕ ਹੋ ਗਿਆ ਬਿਲਕੁਲ, ਵਿੱਚ ਜੇ ਆ ਗਈ ਕਾਲ ਤੁਹਾਡੀ, ਫਟਾਫਟ ਕਾਲਾਂ ਲੈਂਦੇ ਹਾਂ। ਅਤੇ ਵੈਸੇ ਮੈਂ ਜਿਹੜੀ ਗੱਲ ਕਰਦਾ ਸੀਗਾ ਵੀ ਜੇ ਅਸੀਂ ਗੱਲ ਕਰੀਏ
ਅਤੇ ਫਿੱਕ ਪੈਣ ਦੀ ਤਾਂ ਫਿੱਕ ਉੱਥੇ ਹੀ ਸ਼ਾਇਦ ਸ਼ੁਰੂ ਹੋ ਸਕਦਾ ਜੇ ਸਾਡੀ ਮੈਂਟੈਲਿਟੀ ਦੀ ਮੈਂ ਆਪਣੀ ਗੱਲ ਕਰਾਂ ਜਾਂ ਸਾਡੇ ਪੰਜਾਬੀਆਂ ਦੀ ਗੱਲ ਕਰੀ ਤਾਂ ਜ਼ਰੂਰ ਉੱਥੇ ਹੀ ਇਹ ਚੀਜ਼ ਸ਼ੁਰੂ ਹੋ ਜਾਏਗੀ ਜਦੋਂ ਮੁੰਡਾ ਕਹੇਗਾ ਜਾਂ ਕੁੜੀ ਕਹੇਗੀ ਮੈਂ ਕੰਟਰੈਕਟ ਕਰਨਾ ਮੇਰੀ ਪ੍ਰੋਪਰਟੀ ਤੇਰਾ ਕੋਈ ਹੱਕ ਨਹੀਂ ਅਤੇ ਜੇ ਕੁੜੀ ਕਹੇਗੀ ਤਾਂ ਮੁੰਡੇ ਦਿਮਾਗ 'ਚ ਆ ਜਾਏਗਾ ਜੇ ਮੁੰਡਾ ਕਹੇਗਾ ਤਾਂ ਕੁੜੀ ਦਿਮਾਗ 'ਚ ਆਏਗਾ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਵੀ ਇਹ ਠੀਕ ਹੈ ਨਹੀਂ ਠੀਕ ਹੈ ਆਪਾਂ ਗੱਲ ਕਰਦੇ ਹਾਂ ਆਪਣੀ ਕਮਿਊਨਿਟੀ ਦੀ ਪੰਜਾਬੀਆਂ ਦੀ ਖਾਸ ਤੌਰ 'ਤੇ ਇਹ ਅੰਗਰੇਜ਼ਾਂ ਦੀ ਜਾਂ ਇਹਨਾਂ ਦੀ ਗੋਰਿਆਂ ਦੀ ਕਮਿਊਨਿਟੀ ਦੀ ਆਪਾਂ ਗੱਲ ਨਹੀਂ ਕਰਦੇ ਤੁਹਾਡੇ ਕੀ ਵਿਚਾਰ ਨੇ ਆਪਾਂ ਕਾਲ ਲੈਂਦੇ ਹਾਂ ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੱਗੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਾੜਾ ਜਿਹਾ ਹੋਲਡ ਰੱਖਿਓ ਜੀ ਮਾੜਾ ਜਿਹਾ ਹੋਲਡ ਰੱਖਿਓ ਫੋਨ ਦੀ ਪ੍ਰੋਬਲਮ ਆ ਗਈ ਸੀ ਪਹਿਲਾਂ ਹੁਣ ਠੀਕ ਹੋ ਗਿਆ ਹਾਂਜੀ ਸਰ ਹਾਂਜੀ ਹਾਂਜੀ ਹੁਣ ਬੋਲੋ ਜੀ ਗੱਲ ਇਹ ਕਿ ਜਦੋਂ ਇਹ ਵਿਆਹ ਤੇ ਹਮੇਸ਼ਾ ਹੀ ਇਸ ਤਰ੍ਹਾਂ ਰਹੇ ਨੇ ਜੀ ਤੇ ਗੱਲ ਇਹ ਕਿ ਜਦੋਂ ਲਿਵ ਇਨ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਨਾ ਜੀ ਤੇ ਉਦੋਂ ਫਿਰ ਉਸ ਤੋਂ ਬਾਅਦ ਉਹ ਵਿਆਹ ਨਹੀਂ ਕਰਦੇ ਵੀ ਅਸੀਂ ਇੱਕ ਦੂਜੇ ਨੂੰ ਵੇਖ ਲਈਏ ਜੀ ਤੇ ਸਾਡਾ ਕਿਵੇਂ ਲਿਵੇਗੀ ਤੇ ਤਦ ਠੀਕ ਹੈ ਤੇ ਫਿਰ ਹੁੰਦਾ ਸੀ ਅਸੀਂ ਕਹਿੰਦਾ ਜੀ ਅੱਛਾ ਜੇ ਸਾਡੀ ਕੋਈ ਇੱਕ ਨੇ ਕਿਹਾ ਗੱਲ ਮੈਂ ਕਹਾਂਗਾ ਕਿ ਵੀ ਹਾਂਜੀ ਉਹ ਕਹਿਣ ਲੱਗੇ ਇਸ ਤਰ੍ਹਾਂ ਕਿ ਬਈ ਅਸੀਂ ਇਕੱਠੇ ਰਹਿ ਲੈਂਦੇ ਹਾਂ ਜੇ ਕੋਈ ਗਲਤੀ ਹੋ ਗਈ ਤੇ ਅਸੀਂ ਅਲੱਗ ਹੋ ਜਾਵਾਂਗੇ ਜੀ 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 ਉਹ ਫਿਰ ਕਹਿੰਦਾ ਜੀ ਜੇ ਗਲਤੀ ਉਹ ਗਲਤੀ ਕਿਸੇ ਕੋਲ ਰਹੇਗੀ ਹਾਂਜੀ ਸਹੀ ਤੇ ਫਿਰ ਇਸ ਕਰਕੇ ਜਿਹੜੀਆਂ ਗਲਤੀਆਂ ਸਾਰੀਆਂ ਸਨ ਪ੍ਰਾਪਰਟੀ ਦੇ ਜਿਹੜੇ ਸਾਰੇ ਡਿਸਪਿਊਟ ਸਨ ਨਾ ਉਹ ਇੱਕ ਪੇਪਰ ਤੇ ਲਿਖ ਲਿਆ ਉਹਦੇ ਚ ਲੀਗਲ ਗਿਆਨ ਸਿੰਘ ਜੀ ਨੇ ਠੀਕ ਕਿਹਾ ਉਹ ਲੀਗਲ ਵੈਲੀ ਕੋਈ ਨਹੀਂ ਕਿ ਮਿਊਚੁਅਲ ਅੰਡਰਸਟੈਂਡਿੰਗ ਜਿਹੜੀ ਹੁੰਦੀ ਹੈ ਨਾ ਜਾਂ ਫੈਮਿਲੀ ਦੇ ਵਿੱਚ ਇੱਕ ਦੂਜੇ ਨੂੰ ਕਹਿਣਾ ਉਹਦੇ ਵਾਸਤੇ ਈਜ਼ੀ ਹੋ ਗਿਆ ਜੀ 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 ਨਹੀਂ ਮਤਲਬ ਪੰਜਾਬੀ ਕਮਿਊਨਿਟੀ ਇਹਨੂੰ ਅਕਸੈਪਟ ਕਰੇਗੀ ਜਾਂ ਅਸੀਂ ਸਾਡੇ ਜਿਹੜੀ ਸੋਚ ਹੈਗੀ ਅਕਸੈਪਟ ਕਰੇਗੀ ਇਹ ਗੱਲ ਦੇਖੋ ਪੰਜਾਬੀ ਜਿਹੜੇ ਨਾ ਅਸੀਂ ਪੰਜਾਬੀ ਦਿਖਾਵਾ ਅਸੀਂ ਜ਼ਿਆਦਾ ਕਰਦੇ ਹਾਂ ਤੁਸੀਂ ਬਣੀਆਂ ਕਮਿਊਨਿਟੀ ਚ ਕਿਸੇ ਦੀ ਕੁੜੀ ਨੂੰ ਜਲਦਿਆਂ ਵੇਖਿਆ ਕਦੇ ਨੀ ਜੀ ਕਦੇ ਨੀ ਕਦੇ ਨੀ ਪੰਜਾਬੀਆਂ ਚ ਕਿਉਂ ਜਲਦੇ ਅਸੀਂ ਵਿਆਹ ਤੋਂ ਪਹਿਲੇ ਤੇ ਕੁਝ ਹੋਰ ਉਹਦੇ ਬਾਅਦ ਤੇ ਕੁਝ ਹੋਰ ਜਾਂਦੇ ਨਹੀਂ ਨਹੀਂ ਹਾਲਾਂਕਿ ਬਣੀਆਂ ਕਮਿਊਨਿਟੀ ਵੀ ਪੰਜਾਬੀ ਨੇ ਬਹੁਤ ਸਾਰੇ ਬਣੀਆਂ ਚ ਪੰਜਾਬੀ ਚ ਨਹੀਂ ਨਹੀਂ ਪੰਜਾਬੀ ਬਣੀਆਂ ਦੀ ਮੈਂ ਪੰਜਾਬੀ ਤੇ ਬਣੀਏ ਜਿਹੜੇ ਨੇ ਨਾ ਅਗਰਵਾਲ ਵਗੈਰਾ ਜਿਹੜੇ ਹੈਗੇ ਉਹ ਸਾਰੇ ਉਹ ਹਾਂ ਮੈਨੂੰ ਇਹ ਪੰਜਾਬੀ ਬਣੀਆਂ ਵਾਲੇ ਨੀ ਪਰ ਲੇਕਿਨ ਬਣੀਆਂ ਕਮਿਊਨਿਟੀ ਮੁੰਡੇ ਦਾ ਸੌਦਾ ਕਰਦੇ ਨੇ ਅਸੀਂ ਮੁੰਡੇ ਦੀ ਇੰਨੀ ਵੈਲਿਊ ਹੈ ਉਹ ਵੇਖਦੇ ਨੇ ਕਿ ਉਸ ਤੋਂ ਬਾਅਦ ਫਿਰ ਸਾਰਾ ਖਰਚਾ ਸ਼ੁਰੂ ਕਰ ਦਿੰਦੇ ਜੀ ਬਹੁਤ ਮਿਹਰਬਾਨੀ ਜੀ ਤੁਹਾਡੀ ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਜੱਗੀ ਜੀ ਸਤਿ ਸ਼੍ਰੀ ਅਕਾਲ ਮੈਂ ਗੁਰਮੇਲ ਸਿੰਘ ਜੀ ਬੋਲਦਾ ਜੀ ਸਾਹਿਬ ਜੀ ਤੀਰਥ ਸਾਹਿਬ ਕੀ ਵਿਚਾਰ ਨੇ ਜੀ ਵਿਚਾਰ ਠੀਕ ਹੈ ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਵੀ ਕੰਟੈਕਟ ਹੋਣ ਲੱਗ ਪਏ ਨੇ ਕਈ ਲੋਕ ਸ਼ਰਮ ਦੇ ਬਾਰੇ ਦੱਸਦੇ ਵੀ ਨਹੀਂ ਤੇ ਦੂਸਰਾ ਗੱਲ ਇਹ ਆ ਕਿ ਇੱਕ ਗੱਲੋਂ ਚੰਗਾ ਵੀ ਆ ਚੰਗਾ ਕਿਉਂਕਿ ਤੁਹਾਨੂੰ ਪਤਾ ਇੱਥੇ ਵਿਆਹ ਦੀ ਕੋਈ ਗਰੰਟੀ ਤਾਂ ਹੈ ਨੀ ਕਿ ਕਿਹੜੇ ਵੇਲੇ ਵਿਆਹ ਟੁੱਟ ਜਾਣ ਤੇ ਜੇ ਕੁੜੀ ਜਾਂ ਮੁੰਡੇ ਦੀ ਕੋਈ ਵੀ ਪ੍ਰਾਪਰਟੀ ਆ ਉਹਨਾਂ ਦੀ ਵਿਆਹ ਤੋਂ ਪਹਿਲਾਂ ਦੀ ਬਣਾਈ ਹੋਈ ਆ ਜਾਂ ਉਹਨਾਂ ਦੇ ਮਾਂ ਬਾਪ ਨੇ ਆਪਣੇ ਮੁੰਡੇ ਜਾਂ ਕੁੜੀ ਨੂੰ ਦੇ ਦਿੱਤੀ ਤਾਂ ਇਹਦਾ ਮਤਲਬ ਜੇ ਕੋਈ ਕੰਟਰੈਕਟ ਨਹੀਂ ਹੈਗਾ ਤਾਂ ਚਾਰਾ ਇੱਕ ਪਾਸਾ ਦਾ ਫਿਰ ਰਗੜਿਆ ਗਿਆ ਫਿਰ ਰਹਿ ਗਿਆ ਜੀ ਹਾਂ ਕਿਉਂਕਿ ਦਾਦੇ ਨੇ ਚੁੱਕ ਕੇ ਸਾਰੀ ਪ੍ਰਾਪਰਟੀ ਜਾਂ ਤਾਂ ਕੁੜੀ ਨੂੰ ਦੇ ਦੇਣੀ ਆ ਜੇ ਉਹਨੇ ਬਣਾਈ ਮੁੰਡੇ ਦੀ ਬਣਾਈ ਹੋਈ ਤੇ ਜਾਂ ਮੁੰਡੇ ਜਿਹੜੀ ਹੈਗੀ ਆ ਕੁੜੀ ਨੇ ਬਣਾਈ ਤੇ ਮੁੰਡੇ ਨੂੰ ਦੇ ਦੇਣੀ ਆ ਤੇ ਪਰ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਜੇ ਬੱਚੇ ਜਿੱਧਰ ਜਾਂਦੇ ਜੇ ਬੱਚੇ ਵੀ ਹੋਣ ਵਿੱਚ ਬੱਚੇ ਆਮ ਤੌਰ ਤੇ ਕੁੜੀ ਵੱਲ ਜਾਂਦੇ ਨੇ ਤੇ ਜੱਜ ਦੇ ਦਿੰਦਾ ਜੀ ਹਾਂ ਤੇ ਫਿਰ ਪ੍ਰਾਪਰਟੀ ਵੀ ਉਹਦੇ ਜਾਂਦੀ ਹੈ ਬੱਚੇ ਮਾਰ ਨਾਲ ਬੜੀ ਮਿਹਰਬਾਨੀ ਵੀਰ ਸਾਹਿਬ ਬਹੁਤ ਮਿਹਰਬਾਨੀ ਇੱਕ ਇੱਕ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਮੈਨੂੰ ਅਮਰੀਕਾ ਪਤਾ ਨਹੀਂ ਪਰ ਸਾਡੇ ਕਾਮਨ ਲਾਅ ਵੀ ਹੁੰਦਾ ਵਾ ਅੱਛਾ ਜੀ ਕਾਮਨ ਲਾਅ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਦੋਨੇ ਮੁੰਡਾ ਕੁੜੀ ਰਹਿੰਦੇ ਨੇ ਬੱਚੇ ਵੀ ਹੋ ਜਾਂਦੇ ਆ ਉਹ ਗੋਰਿਆਂ ਦੇ ਵਿੱਚ ਜ਼ਿਆਦਾ ਹੈ ਪਰ ਉਹਦੇ ਵਿੱਚ ਤੁਸੀਂ ਕਿਸੇ ਦੀ ਪ੍ਰਾਪਰਟੀ ਨਹੀਂ ਮਾਲਕ ਨਹੀਂ ਬਣ ਸਕਦੇ ਜਿਹਦੀ ਹੈਗੀ ਆ ਉਹਦੀ ਵੀ ਆ ਜੀ 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 ਚਲੋ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਦੁਬਾਰਾ ਲੰਬੀ ਗੱਲ ਸੋਰੀ ਮਾਫੀ ਚਾਹੁੰਦਾ ਤੀਰ ਸਾਹਿਬ ਦੁਬਾਰਾ ਲੰਬੀ ਗੱਲ ਫਿਰ ਹੋਏਗੀ ਬ੍ਰੇਕ ਦਾ ਸਮਾਂ ਹੋ ਗਿਆ ਹਾਲਾਂਕਿ ਬ੍ਰੇਕ ਦਾ ਸਮਾਂ ਕੀ ਪ੍ਰੋਗਰਾਮ ਦਾ ਸਮਾਂ ਖਤਮ ਹੋਣ ਵਾਲਾ ਹੋ ਗਿਆ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ ਬਿਲਕੁਲ ਸਮਾਂ ਨਹੀਂ ਹੈ ਹੋਰ ਕਾਲ ਲੈਣ ਦਾ ਮੈਂ ਹੱਥ ਬੰਨ ਕੇ ਮੁਆਫੀ ਚਾਹੁੰਦਾ ਆਖਰੀ ਸੈਗਮੈਂਟ ਦੇ ਵਿੱਚ ਕਾਲ ਜਿਹੜੀ ਹੈ ਕਦੇ ਕਦੇ ਲਈ ਜਾਂਦੀ ਅਤੇ ਕਦੇ ਫਿਰ ਸਮਾਂ ਨਹੀਂ ਬਚਦਾ ਪਹਿਲੇ ਸੈਗਮੈਂਟ ਜਿਹੜੇ ਉਹ ਲੰਬੇ ਹੋ ਜਾਂਦੇ ਨੇ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ ਜੀ
ਤਾਂ ਜ਼ਰੂਰ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-2092-450-3362। ਅਗਰ ਤੁਸੀਂ ਸਾਡੇ 6 ਮਾਰਚ ਨੂੰ ਫੰਕਸ਼ਨ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਜ਼ਰੂਰ ਆਪਣਾ ਨਾਮ ਟੈਕਸਟ ਕਰੋ ਸਾਨੂੰ ਵੀ ਅਸੀਂ ਆਉਣਾ ਚਾਹੁੰਦੇ ਹੋ ਅਤੇ ਕਿੰਨੇ ਬੰਦੇ ਆਉਣੇ ਚਾਹੁੰਦੇ ਹੋ। ਅਸੀਂ ਤੁਹਾਡੀ ਉਡੀਕ ਕਰਾਂਗੇ। 6 ਮਾਰਚ ਸ਼ੁੱਕਰਵਾਰ ਪੈਂਦਾ, ਜਿਹੜੇ ਫਿਰ ਦੋਸਤ ਮਿੱਤਰ ਨਹੀਂ ਆ ਸਕਦੇ ਪੂਰੀ ਦੁਨੀਆ ਦੇ ਵਿੱਚ, ਅਸੀਂ ਇਹ ਸਾਡੀ ਜਿਹੜੀ ਗ੍ਰੈਂਡ ਓਪਨਿੰਗ ਆ ਸਟੂਡੀਓ ਦੀ ਅਤੇ ਨਾਲ ਦੀ ਨਾਲ 13 ਸਾਲ ਪੂਰੇ ਹੋਣ 'ਤੇ ਜਿਹੜੀ ਐਨੀਵਰਸਰੀ ਹੈ ਉਹਨੂੰ ਪੂਰੀ ਦੁਨੀਆ ਦੇ ਵਿੱਚ ਲਾਈਵ ਵੀ ਦਿਖਾਵਾਂਗੇ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।